ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜ਼ਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਹਾਜ਼ਰ ਹੋਇਆ। ਗੱਲ ਪੰਜਾਬ ਦੀ ਵਿੱਚ ਅਸੀਂ ਹਮੇਸ਼ਾ ਤੁਹਾਨੂੰ ਪੰਜਾਬ ਦੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਿੱਖ ਚੈਨਲ ਇਕੱਲੇ ਸਿੱਖਾਂ ਦਾ ਹੀ ਚੈਨਲ ਨਹੀਂ, ਪੂਰੇ ਪੰਜਾਬੀਆਂ ਦਾ ਚੈਨਲ ਹੈ ਤੇ ਪੂਰੇ ਪੰਜਾਬੀ ਪੂਰੀ ਦੁਨੀਆਂ ਚ ਵਸਦੇ ਨੇ, ਚਾਹੇ ਉਹ ਪਾਕਿਸਤਾਨ ਦੇ ਪੰਜਾਬ ਦੇ ਪੰਜਾਬੀ ਹੋਣ ਤੇ ਚਾਹੇ ਉਹ ਭਾਰਤ ਦੇ ਪੰਜਾਬ ਦੇ ਪੰਜਾਬੀ ਹੋਣ। ਤੇ ਪੰਜਾਬੀ ਜਿੱਥੇ ਜਾਂਦੇ ਨੇ ਮੱਲਾਂ ਮਾਰਦੇ ਨੇ। ਇਸ ਕਰਕੇ ਅੱਜ ਤੋਂ 15 ਸਾਲ ਪਹਿਲਾਂ ਸਿੱਖ ਚੈਨਲ ਨੇ ਪੂਰੀ ਦੁਨੀਆਂ ਚ ਤਹਿਲਕਾ ਮਚਾ ਦਿੱਤਾ ਸੀ ਜਦੋਂ ਹੋਂਦ ਵਿੱਚ ਆਇਆ ਸੀ ਤੇ ਹਰ ਕਿਸੇ ਦੀ ਜ਼ੁਬਾਨ ਤੇ ਆਇਆ ਸੀ, ਵਾਹ ਸਿੱਖਾਂ ਦਾ ਆਪਣਾ ਚੈਨਲ ਸਿੱਖ ਚੈਨਲ। ਸੋ ਇਸ ਕਰਕੇ ਹਮੇਸ਼ਾ ਨਵੇਕਲੇ ਪ੍ਰੋਗਰਾਮ ਲਿਆਉਣ ਦੀ ਪਹਿਲ ਕਦਮੀ ਕਰਦਾ ਰਿਹਾ ਤੇ ਹੁਣ ਵੀ ਕਰਦਾ ਹੈ ਤੇ 16ਵੇਂ ਸਾਲ ਚ ਪ੍ਰਵੇਸ਼ ਕਰ ਚੁੱਕਿਆ। ਤੁਸੀਂ ਇਸੇ ਮਹੀਨੇ ਲਾਈਵ ਆਪਣੇ ਘਰਾਂ ਚੋਂ ਜੋ ਅਖੰਡ ਪਾਠ ਸਾਹਿਬ ਸਟੂਡੀਓ ਚ ਕਰਾਏ ਸੀ ਉਹਦੇ ਤੁਸੀਂ ਦਰਸ਼ਨ ਕੀਤੇ, ਗੁਰਬਾਣੀ ਨੂੰ ਸਰਵਣ ਕੀਤਾ। ਸੋ ਕਿਉਂਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਚੋਣਾਂ ਦਾ ਤਹਿਲਕਾ ਮਚਿਆ ਹੋਇਆ, ਹਾਹਾਕਾਰ ਮਚੀ ਹੋਈ, ਹਰ ਕੋਈ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਟਿਕਟ ਹਾਸਲ ਕਰਨ ਦੀ ਕੋਸ਼ਿਸ਼ ਕਰਦਾ। ਅਗਰ ਟਿਕਟ ਨਹੀਂ ਮਿਲਦੀ ਤੇ ਜਿਹੜੀ ਪਾਰਟੀ ਲਈ ਪਿਛਲੇ 2-3 ਪੀੜ੍ਹੀਆਂ ਤੋਂ ਬਾਹਾਂ ਉਲਾਰ ਉਲਾਰ ਕੇ ਨਾਅਰੇ ਲਾ ਰਹੇ ਹੁੰਦੇ ਨੇ, ਉਹ ਪਾਰਟੀ ਨੂੰ ਅਲਵਿਦਾ ਆਖ ਦੂਸਰੀ ਪਾਰਟੀ ਚਲੇ ਜਾਂਦੇ ਜਿੱਥੋਂ ਟਿਕਟ ਦੀ ਹਾਂ ਹੋ ਜਾਂਦੀ। ਇਸ ਵਿਸ਼ੇ ਤੇ ਗੱਲ ਕਰਾਂਗੇ, ਕਿਉਂ ਲੋਕਾਂ ਦਾ ਵਿਸ਼ਵਾਸ ਤੋੜਦੇ ਨੇ ਤੇ ਕਿਉਂਕਿ ਭਾਰਤ ਪੂਰੇ ਵਿੱਚ ਇਲੈਕਸ਼ਨ ਹੋ ਰਹੀ, ਇਸ ਕਰਕੇ ਆਪਾਂ ਪੂਰੇ ਭਾਰਤ ਦੀ ਥੋੜੀ ਬਹੁਤੀ ਗੱਲ ਕਰਾਂਗੇ। ਆਪਾਂ ਆਪਣੀ ਕਰਮ ਭੂਮੀ ਜਿੱਥੇ ਆਪਾਂ ਤਕਰੀਬਨ ਵਿਦੇਸ਼ਾਂ ਵਿੱਚ ਵਸਦੇ ਹਾਂ ਤੇ ਬਹੁ ਗਿਣਤੀ ਜੋ ਪੰਜਾਬ ਦੀ ਧਰਤੀ ਤੇ ਜੰਮ ਪਲ ਕੇ ਵੱਡੀ ਹੋ ਕੇ ਵਿਦੇਸ਼ਾਂ ਦੀ ਧਰਤੀ ਤੇ ਆਈ ਆ। ਸੋ ਪੰਜਾਬ ਦੀ ਗੱਲ ਕਰਾਂਗੇ ਕਿ ਕਿਉਂ ਗਿਰਗਟ ਵਾਂਗੂ ਰੰਗ ਬਦਲਦੇ, ਰਾਤੋ ਰਾਤ ਨੀਲੇ ਲਾ ਚਿੱਟੇ ਪਾ ਲੈਂਦੇ, ਚਿੱਟੇ ਲਾ ਨੀਲੇ ਪਾ ਲੈਂਦੇ ਤੇ ਜਾਂ ਕੋਈ ਹੋਰ ਪਾ ਲੈਂਦੇ, ਕਿਉਂ ਹੁੰਦਾ? ਕੀ ਕਿਹੜੀ ਪਾਰਟੀ ਬਾਜੀ ਮਾਰ ਜਾਵੇਗੀ? ਕੀ ਲੋਕੀ ਕਿਹੜੀ ਪਾਰਟੀ ਤੇ ਵਿਸ਼ਵਾਸ ਕਰਨਗੇ? ਕਿਉਂਕਿ ਜਦੋਂ ਵਿਸ਼ਵਾਸ ਕੀਤਾ ਸੀ 2.5 ਸਾਲ ਪਹਿਲਾਂ ਤੇ ਉਹ ਵੀ ਲੋਕੀ ਗਾਲਾਂ ਕੱਢਦੇ ਕਿ ਸਾਡਾ ਵਿਸ਼ਵਾਸ ਟੁੱਟ ਗਿਆ। ਇਹ ਸਾਰੀਆਂ ਗੱਲਾਂ ਦੀ ਘੋਖ ਕਰਕੇ ਸਟੂਡੀਓ ਰਾਹੀਂ ਮੇਰੇ ਨਾਲ ਜੁੜੇ ਨੇ ਉਹ ਪਤਵੰਤੇ ਸੱਜਣ ਜਿਹੜੇ ਸਮੇਂ ਸਮੇਂ ਤੇ ਲੋਕਾਂ 'ਚ ਵਿਚਰਦੇ ਨੇ, ਗਤੀਵਿਧੀਆਂ ਆਪਣੀਆਂ ਦਿਖਾਉਂਦੇ ਨੇ। ਗੁਰਦੁਆਰਾ ਅਕਾਲ ਦਰਬਾਰ ਦੇ ਹੈੱਡ ਗ੍ਰੰਥੀ, ਦਮਦਮੀ ਟਕਸਾਲ ਦੇ ਵਿਦਿਆਰਥੀ ਗਿਆਨੀ ਹਰਦੀਪ ਸਿੰਘ ਜੀ ਜੁੜੇ ਨੇ ਤੇ ਪੰਜਾਬ ਦੀ ਧਰਤੀ ਤੇ ਜੇ ਮੈਂ ਕਹਿ ਦਵਾਂ ਪੂਰੇ 2 ਮਹੀਨੇ ਇਹੀ ਕੁਛ ਹੀ ਵੇਖ ਕੇ ਵਾਪਸ ਆਏ ਨੇ ਗੁਰਦੁਆਰਾ ਬਾਬੇ ਕੇ ਦੇ ਮੁੱਖ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਜੀ ਕਾਲਾ, ਉਹ ਜੁੜੇ ਨੇ ਤੇ ਪੰਜਾਬ ਦੀ ਧਰਤੀ ਤੇ ਰਾਜਨੀਤਿਕ ਵਿਸ਼ਲੇਸ਼ਣ ਵਿੱਚ ਵਿਚਰ ਰਹੇ, ਹਰ ਟੈਲੀਵਿਜ਼ਨ ਜਾਂ ਰੇਡੀਓ ਵਿੱਚ ਭਾਗ ਲੈ ਰਹੇ, ਹਰ ਮੀਟਿੰਗਾਂ ਵਿੱਚ ਕੋਸ਼ਿਸ਼ ਕਰਦੇ ਪੁੱਜਣ ਦੀ ਕਿ ਕਿਹੜੀ ਪਾਰਟੀ ਕੀ ਕਰ ਰਹੀ ਹੈ, ਕਿਹੜੀ ਪਾਰਟੀ ਕਿਹੜੇ ਕੈਂਡੀਡੇਟ ਨੂੰ ਕਿੱਥੇ ਹਲੂਣਾ ਦੇ ਰਹੀ ਹੈ, ਕੀ ਕਰ ਰਹੀ। ਮੇਰੀ ਮੁਰਾਦ ਸੰਗਰੂਰ ਦੀ ਧਰਤੀ ਤੋਂ ਸਰਦਾਰ ਜਗਮੋਹਨ ਸਿੰਘ ਜੀ ਲਾਗੀ ਜੁੜੇ ਨੇ। ਮੈਂ ਤਿੰਨਾਂ ਹੀ ਵੀਰਾਂ ਨੂੰ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਡੀ ਭਾ, ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਸ਼ੁਰੂ ਕਰੂੰਗਾ ਕਿਉਂਕਿ ਤੁਸੀਂ ਬੜੀ ਰਾਜਨੀਤੀ ਦੇ ਨਾਲ ਬੜਾ ਪਿਆਰ ਰੱਖਦੇ ਹੋ, ਮੋਹ ਰੱਖਦੇ ਹੋ ਕਿ ਘੋਖਾਂ ਕਰਨੀਆਂ ਬੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ। ਸੋ ਕੀ ਲੱਗਦਾ ਕਿ ਕਿਉਂਕਿ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰੀਏ ਕਿ ਜਿਹੜਾ ਦਲ ਬਦਲੂ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਕਿ ਇਹਨਾਂ ਨੇ ਦਲ ਬਦਲੂ ਕੀਤਾ ਹੁਣ ਤੇ
ਕੀ ਕਹਿਣਾ ਚਾਹੁੰਦੇ? ਹਾਂ ਜੀ ਰਾਮਿਆਂ ਸਾਹਿਬ, ਬਿਲਕੁਲ ਸਵਾਲ ਤੁਹਾਡਾ। ਸਭ ਤੋਂ ਪਹਿਲਾਂ ਤਾਂ ਮੈਂ ਵੇਖਣ ਵਾਲੇ ਦਰਸ਼ਕਾਂ ਨੂੰ ਡਿੱਗੀ ਵੀ ਸਤਿ ਸ੍ਰੀ ਅਕਾਲ। ਸਵਾਲ ਤੁਹਾਡਾ ਬਹੁਤ ਵਾਜਬ ਆ, ਜਿਹੜਾ ਕਿ ਇਸ ਵਕਤ ਲੋਕਾਂ ਦੇ ਵਿੱਚ ਚਰਚਾ ਬਿਲਕੁਲ ਇਹਦੇ ਨੇ ਫੜੀ ਹੋਈ ਹੈ ਜੀ। ਹਰ ਇੱਕ ਪਾਰਟੀ ਦੇ ਵਿੱਚ ਤਕਰੀਬਨ ਡੱਡੂ ਛੜੱਪੀਆਂ ਲੱਗ ਰਹੀਆਂ ਨੇ, ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ, ਕੋਈ ਪਤਾ ਨਹੀਂ ਹੈਗਾ ਜੀ। ਸਵੇਰੇ ਹੋਰ ਪਾਰਟੀ 'ਚ ਹੁੰਦੇ ਨੇ ਕਈ ਚਿਹਰੇ, ਸ਼ਾਮ ਨੂੰ ਹੋਰ ਪਾਰਟੀ ਦੇ ਵਿੱਚ ਹੁੰਦੇ ਨੇ। ਵੈਸੇ ਮੈਂ ਗੱਲ ਕਰਦਿਆਂ ਕਿ ਇਸ ਵਕਤ ਹਰ ਇੱਕ ਬੰਦੇ ਨੂੰ, ਹਰ ਇੱਕ ਲੀਡਰ ਨੂੰ ਆਪਣੀ ਟਿਕਟ ਪਿਆਰੀ ਹੈ। ਉਹਨੂੰ ਇਹ ਵੀ ਪਹਿਲਾਂ ਹਰ ਇੱਕ ਪਾਰਟੀਆਂ ਵੱਲੋਂ ਵੱਖੋ ਵੱਖਰੀਆਂ ਪਾਰਟੀਆਂ ਨੇ ਆਪਣੇ ਤੌਰ 'ਤੇ ਸਰਵੇ ਕਰਵਾਏ ਨੇ, ਅਤੇ ਵੱਖੋ ਵੱਖਰੇ ਚੈਨਲ ਵੀ ਵੱਖੋ ਵੱਖ ਜਿਹੜੇ ਕਿ ਸਰਵੇ ਕਰ ਰਹੇ ਨੇ ਕਿ ਪਾਰਟੀਆਂ ਦੇ, ਇਹ ਦੇਖਿਆ ਵੀ ਕਿਹੜੀ ਜਗ੍ਹਾ ਤੋਂ ਮੈਨੂੰ ਟਿਕਟ ਜਿਹੜੀ ਪਾਰਟੀ ਦੇ ਰਹੀ ਹੈ ਜਾਂ ਨਹੀਂ ਦੇ ਰਹੀ, ਜਾਂ ਇਹ ਵੇਖਿਆ ਜਾ ਰਿਹਾ ਕਿ ਪਾਰਟੀ ਇਸ ਵਕਤ ਹਾਰਦੀ ਨਜ਼ਰ ਆ ਰਹੀ ਹੈ ਜਾਂ ਕੈਂਡੀਡੇਟ ਹਾਰਦਾ ਨਜ਼ਰ ਆ ਰਿਹਾ, ਤਾਂ ਉਹਨਾਂ ਨੇ ਉਸੇ ਟਾਈਮ ਉਸੇ ਜਗ੍ਹਾ ਤੋਂ ਆਪਣੀ ਟਿਕਟ ਦੀ ਡਿਮਾਂਡ ਕੀਤੀ। ਕਈ ਚਿਹਰਿਆਂ ਨੇ ਪਾਰਟੀ ਬਦਲੀ ਅਤੇ ਕਈ ਪਾਰਟੀਆਂ ਨੇ ਕਈ ਚਿਹਰੇ ਬਦਲੇ। ਇਹ ਵੈਸੇ ਅਜੇ ਤੱਕ ਲੀਡਰ ਬਹੁਤ ਸਮਝਦਾਰ ਨੇ, ਜਿਹੜੇ ਵੋਟਰ ਉਹ ਸਮਝਦਾਰ ਨਹੀਂ ਹੈਗੇ। ਇਸ ਵਾਰ ਲੀਡਰਾਂ ਦੀ ਜਿੱਤ ਹੋਣੀ ਹੈ ਅਤੇ ਵੋਟਰਾਂ ਦੀ ਹਾਰ ਹੋਣੀ। ਮੈਂ ਤੁਹਾਨੂੰ ਪਹਿਲਾਂ ਗੱਲ ਇਹ ਸਪਸ਼ਟ ਕਰਦਿਆਂ ਕਿ ਲੀਡਰ ਇਸ ਵਕਤ ਜਿੱਤ ਜਾਣਗੇ, ਵੋਟਰ ਹਾਰ ਜਾਣਗੇ। ਕਈਆਂ ਨੇ ਜਿਹਨਾਂ ਨੇ ਕਿ ਅਜੇ ਤੱਕ ਦੋ ਤਿੰਨ ਪੀੜ੍ਹੀਆਂ ਹੋ ਗਈਆਂ ਜਿਹੜੇ ਕਿ ਅਜੇ ਤੱਕ ਕਾਂਗਰਸ ਦੇ ਵਿੱਚ ਇਹ ਲੀਡਰ ਕਹਿੰਦੇ ਹੁੰਦੇ ਸੀ, ਅਸੀਂ ਕੱਟੜ ਕਾਂਗਰਸੀ ਹਾਂ, ਕਾਂਗਰਸ ਜਿਹੜੀ ਕਿ ਸਾਡੇ ਘਰ ਅਸੀਂ ਵੀ ਪੈਦਾ ਹੋਏ ਜਾਂ ਅਸੀਂ ਕਾਂਗਰਸ ਦੇ ਘਰ ਪੈਦਾ ਹੋਏ, ਪਰ ਉਹ ਵੀ ਲੀਡਰ ਜਿਹੜੇ ਕਿ ਛੜੱਪੀ ਮਾਰ ਕੇ ਬੀਜੇਪੀ ਦੇ ਵਿੱਚ ਚਲੇ ਗਏ, ਕਈ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ 'ਚ ਚਲੇ ਗਏ, ਕਈ ਕਾਂਗਰਸ ਦੇ ਲੀਡਰ ਬੀਜੇਪੀ 'ਚ ਦੇ ਵਿੱਚ ਚਲੇ ਗਏ। ਵੈਸੇ ਕਈ ਕਾਂਗਰਸ ਦੇ ਲੀਡਰ ਜਿਹੜੇ ਕਿ ਆਮ ਆਦਮੀ ਪਾਰਟੀ ਚਲੇ ਗਏ। ਜੇ ਦਲ ਬਦਲੂਆਂ ਦਾ ਪੂਰਾ ਜ਼ੋਰ ਚੱਲ ਰਿਹਾ ਜੀ, ਕੋਈ ਪਤਾ ਨਹੀਂ ਲੱਗ ਰਿਹਾ ਹੈ ਜੀ। ਅਜੇ ਮੈਨੂੰ ਲੱਗਦਾ ਕਿ ਦੋ ਚਾਰ ਦਿਨ, ਪੰਜ ਚਾਰ ਦਿਨ ਹੋਰ ਚੱਲੇਗਾ ਇਸੇ ਤਰ੍ਹਾਂ ਜੀ। ਰਾਮ ਵਾਲਾ ਸਾਹਿਬ, ਬਿਲਕੁਲ ਬਿਲਕੁਲ ਬਿਲਕੁਲ, ਇਹ ਇਹ 'ਚ ਕੋਈ ਅਤਕਥਨੀ ਨਹੀਂ ਕਿ ਐਨ ਕਿ ਵੋਟਰ ਹਾਰਨਗੇ ਲੀਡਰ ਜਿੱਤਣਗੇ, ਕਿਉਂਕਿ ਲੋਕਾਂ ਨੇ ਇੱਕ ਨਿਸ਼ਚਾ ਕੀਤਾ ਹੋਇਆ ਸੀ ਕਿ ਅਸੀਂ ਇਸ ਲੀਡਰ ਨੂੰ ਆਪਣੇ ਏਰੀਏ 'ਚੋਂ ਹਰਾਉਣਾ, ਅਤੇ ਉਹ ਲੀਡਰ ਛੜੱਪਾ ਮਾਰ ਕੇ ਦੂਸਰੀ ਪਾਰਟੀ ਚਲੇ ਗਿਆ। ਇੱਕ ਲਾਡੀ ਭਾਅ, ਤੁਸੀਂ ਬੜੀ ਕਮਾਲ ਦੀ ਗੱਲ ਕੀਤੀ ਕਿ ਜਿਹੜੇ ਕਹਿੰਦੇ ਸੀਗੇ ਕਿ ਸਾਡੀ ਕੱਟੜ ਪਾਰਟੀ ਹੈ ਕਾਂਗਰਸ, ਮੇਰੀ ਮੁਰਾਦ ਰਵਨੀਤ ਬਿੱਟੂ ਤੋਂ, ਕਿਉਂਕਿ ਉਹਦੇ ਬਾਬਾ ਜੀ ਜੋ 4-5% ਵੋਟਾਂ ਲੈ ਕੇ, ਜੇ ਬੇਅੰਤਾ ਬੁੱਚੜ ਕਹਿ ਲਈਏ ਜਾਂ ਬੇਅੰਤਸੋ ਕਹਿ ਲਈਏ, ਜੋ ਵੀ ਉਹਨੂੰ ਮਰਜ਼ੀ ਕਹਿ ਲਓ, ਇਹ ਤਾਂ ਕੋਈ ਫਰਕ ਨਹੀਂ। ਸੋ 4-5% ਵੋਟਾਂ ਲੈ ਕੇ, ਕਿਉਂਕਿ ਉਸ ਸਮੇਂ ਸਾਰੀਆਂ ਪਾਰਟੀਆਂ ਨੇ ਬਾਈਕਾਟ ਕੀਤਾ ਹੋਇਆ ਸੀ ਕਿ ਵੋਟਾਂ ਦਾ, ਲੇਕਿਨ ਉਹ 4-5% ਵੋਟਾਂ ਲੈ ਕੇ ਮੁੱਖ ਮੰਤਰੀ ਬਣਿਆ, ਅਤੇ ਉਸ ਤੋਂ ਬਾਅਦ ਕਿੰਨਾ ਕਤਲੇਆਮ ਪੰਜਾਬ ਦੀ ਧਰਤੀ 'ਤੇ ਹੋਇਆ। ਅਤੇ ਉਸ ਜਿਹੜੇ ਕਹਿੰਦੇ ਸੀ ਕਿ ਸਾਡਾ DNA ਕਰਾ ਲਓ, ਸਾਡੇ 'ਚੋਂ ਕਾਂਗਰਸ ਨਿਕਲੂਗੀ, ਅਤੇ ਅੱਜ DNA ਛੱਡ ਕੇ ਚੱਲ ਗਿਆ ਉਹਨਾਂ ਦਾ BJP 'ਚ, ਅਤੇ ਹੁਣ ਕਹਿੰਦਾ ਜੀ ਮੋਦੀ ਤੋਂ ਬਿਨਾਂ, ਅਮਿਤ ਸ਼ਾਹ ਤੋਂ ਬਿਨਾਂ ਤਾਂ ਦੁਨੀਆਂ 'ਤੇ ਕੋਈ ਬੰਦਾ ਸੱਚਾ ਸੁੱਚਾ ਹੈ ਹੀ ਨਹੀਂ, ਹੈ ਨਾ। ਲੇਕਿਨ ਇਹ ਮਾੜੀ ਗੱਲ ਹੈ। ਕਾਲੇ ਭਾ, ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ, ਕਿਉਂਕਿ ਤੁਸੀਂ ਪੰਜਾਬ ਦੀ ਧਰਤੀ 'ਤੇ ਤਕਰੀਬਨ 2 ਮਹੀਨੇ ਰਹਿ ਕੇ ਆਏ ਹੋ, ਅਤੇ ਗੱਲ ਕਰਾਂਗੇ ਕਿਉਂਕਿ ਆਪਣਾ ਜ਼ਿਲ੍ਹਾ ਦੋਨਾਂ ਦਾ ਹੀ ਜਲੰਧਰ ਹੈ, ਅਤੇ ਇਹ ਨਾਲ ਆਪਣਾ ਲਾਡੀ ਭਾਅ ਤਾਂ ਸੰਗਰੂਰ 'ਚੋਂ ਮਾਲਵੇ ਦਾ, ਅਤੇ ਗਿਆਨੀ ਹਰਦੀਪ ਸਿੰਘ ਮਾਝੇ ਦਾ ਗੁਰਦਾਸਪੁਰ ਜ਼ਿਲ੍ਹੇ ਦਾ, ਆਪਾਂ ਦੋਨੇ ਦੁਆਬੀਏ ਦੁਆਬੀਏ, ਹਰ ਪਾਸੇ ਨਾ ਛਾਉਣ, ਇਹ ਹੋ ਹੀ ਨਹੀਂ ਸਕਦਾ, ਹੈ ਨਾ। ਸਿਰਫ ਜਿਹੜਾ ਰਿੰਕੂ ਨੂੰ ਟਿਕਟ ਦਿੱਤੀ ਸੀ ਆਮ ਆਦਮੀ ਪਾਰਟੀ ਨੇ, ਪਹਿਲਾਂ ਉਹਨੂੰ ਕਾਂਗਰਸ 'ਚੋਂ ਕੱਟ ਕੇ ਲਗਾਈ, ਰਾਤੋ ਰਾਤ ਮੈਂਬਰ ਪਾਰਲੀਮੈਂਟ ਬਣਾਇਆ, ਜਦੋਂ ਹੁਣ ਦੁਬਾਰੇ ਟਿਕਟ ਦਿੱਤੀ ਤੇ ਉਹ ਛੜੱਪਾ ਮਾਰ ਕੇ BJP 'ਚ ਚਲ ਗਿਆ, ਉਹਨਾਂ ਨੇ ਟਿਕਟ ਦਿੱਤੀ। ਕੀ ਕਹਿਣਾ ਚਾਹੁੰਦੇ ਇਹੋ ਜਿਹੇ ਦਲ ਬਦਲੂਆਂ ਦੇ, ਕੀ ਲੋਕੀ ਕੀ ਕਹਿੰਦੇ ਨੇ ਉਹਦੇ ਬਾਰੇ? ਕਾਲੇ ਭਾ ਜੀ, ਦੇਖੋ ਤੁਸੀਂ, ਆਪਾਂ ਪਹਿਲਾਂ ਵੀ ਆਫ ਏਅਰ ਗੱਲ ਕਰਦੇ ਹਟੇ ਹਾਂ ਕਿ ਹੁਣ ਤੁਸੀਂ ਕਿਸੇ ਵੀ ਪਾਰਟੀ ਨੂੰ ਦੁੱਧ ਧੋਤੀ ਨਹੀਂ ਕਹਿ ਸਕਦੇ। ਹਰੇਕ ਪਾਰਟੀ ਦੇ ਵਿੱਚ ਦਲ ਬਦਲੂ ਆ, ਔਰ ਹਰੇਕ ਪਾਰਟੀਆਂ ਦੇ ਜਿਹੜੇ
ਕੈਂਡੀਡੇਟ ਆ ਉਹ ਮਾਰ ਕੇ ਛੜੱਪਾ ਚੱਲ ਡੱਡੂ ਵਾਂਗੂ ਕਦੀ ਕਿਹੇ ਤੇ ਕਦੀ ਕਿਤੇ। ਇਸ ਤਰ੍ਹਾਂ ਹੀ ਰਿੰਕੂ ਨੇ ਕੀਤਾ। ਰਿੰਕੂ ਨੂੰ ਪਹਿਲੋਂ ਆਮ ਪਾਰਟੀ ਦੇ ਵਿੱਚ ਲਿਆਂਦਾ ਗਿਆ। ਆਮ ਪਾਰਟੀ ਕਿਉਂਕਿ ਉਹ ਸਾਰੇ ਲੋਕਾਂ ਨੂੰ ਪਤਾ ਕਿ ਉਹ ਰਾਣੇ ਦਾ ਚੇਲਾ ਬਾਲਕਾ ਹੈ, ਗੁਰਜੀਤ ਸਿੰਘ ਰਾਣੇ ਦਾ। ਹਾਂ ਬਿਲਕੁਲ ਬਿਲਕੁਲ। ਤੇ ਉਹ ਅਸੀਂ ਇੱਕ ਕਿਸੇ ਪ੍ਰੋਗਰਾਮ ਤੇ ਗਏ ਸੀ ਤੇ ਉੱਥੇ ਇੱਕ ਮੌਕੇ ਦਾ MP ਹੋਵੇ ਤੇ ਉਹ ਪ੍ਰੋਗਰਾਮ ਦੇ ਉੱਤੇ ਉਹ ਇਕੱਲਾ ਹੀ ਜਾਵੇ ਤੇ ਉਹਨੂੰ ਇੱਕ ਬੰਦਾ ਬਾਹਰੋਂ ਗੱਡੀ ਚੋਂ ਲੈਣ ਜਾਵੇ, ਉਹ ਵੀ ਰਾਣੇ ਦਾ ਕੋਈ ਖਾਸ ਬੰਦਾ। ਤੇ ਅਸੀਂ ਤਾਂ ਉਦਣ ਹੀ ਅਰਮਾਨ ਲਾਉਣ ਲੱਗ ਗਏ ਸੀ ਵੀ ਇਹ ਗਿਆ ਬੰਦਾ। ਤੇ ਇਹ ਪਾਰਟੀਆਂ ਦੇ ਜਿਹੜੇ ਮੇਨ ਹੈਗੇ ਆ ਤਕੜੇ ਬੰਦੇ, ਗੁਰਜੀਤ ਰਾਣੇ ਵਰਗੇ ਜਾਂ ਹੋਰ, ਇਹਨਾਂ ਦੀਆਂ ਦੋਨਾਂ ਹੱਥਾਂ ਦੇ ਵਿੱਚ ਹੀ ਇਹਨਾਂ ਦੇ ਲੱਡੂ ਹੁੰਦਾ ਹੈ। ਇਹ BJP ਨਾਲ ਵੀ ਠੀਕ ਨੇ ਤੇ ਕਾਂਗਰਸ ਨਾਲ ਵੀ ਠੀਕ ਨੇ। ਇਹ ਨਹੀਂ ਦੇਖਦੇ ਕਿ ਜਦੋਂ ਲੋੜ ਪਵੇ ਕਿਹੜੇ ਬੰਦੇ ਦੀ ਬਲੀ ਕਿੱਥੇ ਚੜਾ ਦੇਣੀ ਆ। ਪਰ ਇਹਦੇ ਤੇ ਮੈਂ ਇਹ ਹੀ ਕਹੂੰਗਾ, ਹੁਸ਼ਿਆਰਪੁਰ ਤੋਂ ਹੁਣ ਡਾਕਟਰ ਚੱਬੇਵਾਲ ਸਾਹਿਬ ਉਹ ਆਮ ਪਾਰਟੀ ਤੇ ਚਲੇ ਗਈ ਤੇ ਡੈਂਪਾ ਆਪਣੇ ਅਕਾਲੀਆਂ ਦੇ ਉਹ ਵੀ ਆ ਗਏ ਇੱਧਰ ਆਮ ਪਾਰਟੀ 'ਚ ਆ ਗਏ। ਕਿਸੇ ਨੂੰ ਤੁਸੀਂ ਕਹਿ ਨਹੀਂ ਸਕਦੇ ਕੁਛ ਵੀ, ਪਰ ਮੇਰੇ ਖਿਆਲ ਨਾਲ ਲੋਕਾਂ ਨੂੰ ਸਿਆਣਪ ਵਰਤਣੀ ਚਾਹੀਦੀ ਆ। ਜਿੰਨੇ ਵੀ ਇਹ ਵਕਾਊ ਲੋਕ ਨੇ ਜਿਹੜਿਆਂ ਦਾ ਲੋਕਾਂ ਦਾ ਕੋਈ ਦੀਨ ਧਰਮ ਨਹੀਂ, ਅੱਗੇ ਕੋਈ 10-15 ਸਾਲੀ ਪਾਰਟੀ ਭਾਵੇਂ ਕਿਤੇ ਬਦਲਦਾ ਹੋਵੇ, ਦੇਖਿਆ ਗਿਆ ਕਾਫੀ ਦੇਰ ਬਾਅਦ ਲੋਕਾਂ ਨੇ, ਪਰ ਹੁਣ ਤਾਂ ਰਿਵਾਜ਼ ਹੀ ਚੱਲ ਪਿਆ ਜਿੱਦਾਂ ਲਾਡੀ ਭਾਅ ਜੀ ਕਹਿੰਦੇ ਕਿ ਸਵੇਰ ਨੂੰ ਕਿਸੇ ਨਾ ਹੁੰਦੇ ਆ, ਸ਼ਾਮ ਨੂੰ ਕਿਸੇ ਹੋਰ ਨਾ ਹੁੰਦੇ ਆ। ਸਾਨੂੰ ਲੋਕਾਂ ਨੂੰ ਜਾਗਰਤ ਹੋਣਾ ਪਊਗਾ, ਲੋਕਾਂ ਨੂੰ ਇਦਾਂ ਦੇ ਦਲ ਬਦਲੂ ਲੋਕਾਂ ਦਾ ਵਿਰੋਧ ਕਰਨਾ ਪਊਗਾ। ਜਿੰਨਾ ਚਿਰ ਇਹ ਜਨਤਾ ਲੋਕਾਂ ਦਾ ਇਹਨਾਂ ਦਾ ਮੂੰਹ ਤੋੜਵਾਂ ਜਵਾਬ ਨਹੀਂ ਦਿੰਦੀ, ਉਹਨਾਂ ਚਿਰ ਲੋਕਾਂ ਨੂੰ ਇਸ ਤਰ੍ਹਾਂ ਖੱਜਲ ਕਰਦੇ ਰਹਿਣਗੇ ਤੇ ਆਪਦੀ ਕੁਰਸੀ, ਜਿੱਧਰਲੇ ਬੰਨੇ ਵੀ ਕਹੇ ਨੇ ਇਹਨਾਂ ਨੂੰ ਕੁਰਸੀ ਦਾ ਇਸ਼ਾਰਾ ਕੀਤਾ ਤੇ ਉਹਤੇ ਛਾਲ ਮਾਰ ਕੇ ਬਹਿੰਦੇ ਫਿਰਨਗੇ। ਇਹਨਾਂ ਨੂੰ ਲੋਕੀ ਸ਼ਬਕ ਸਿਖਾਉਣਗੇ ਤੇ ਇਹਨਾਂ ਨੂੰ ਸਬਕ ਆਊਗਾ, ਨਹੀਂ ਤੇ ਪੰਜਾਬ ਦੀ ਨਹੀਂ ਪੂਰੀ ਇੰਡੀਆ ਦੀ ਸਿਆਸਤ ਮੋਦੀ ਸਾਹਿਬ ਨੇ ਇੱਦਾਂ ਦੀ ਬਣਾਤੀ ਆ ਕਿ ਡੰਡ ਲਾ ਕੇ ਰੱਖਤੀ ਆ। ਲੋਕੀ ਵੀ ਬਾਹਰਲੇ ਮੁਲਕ ਵੀ ਸਾਡੇ ਇੰਡੀਆ ਦੀਆਂ ਚਰਚਾਵਾਂ ਕਰਦੇ ਨੇ। ਜੇ ਕੋਈ ਉੱਦਾਂ ਸਿੱਧੀ ਉਂਗਲੀ ਨਾਲ ਘਿਓ ਨਹੀਂ ਨਿਕਲਦਾ ਤਾਂ ਉਹ ਟੇਢੀ ਨਾਲ ਕੱਢ ਲਿਆ ਜਾਂਦਾ, ਜੇ ਕੋਈ ਉੱਦਾਂ ਨਹੀਂ ਆਉਂਦਾ ਤਾਂ ਉਹਨੂੰ ED ਰਾਹੀਂ। ਇਸੇ ਤਰ੍ਹਾਂ ਰਵਨੀਤ ਬਿੱਟੂ ਦਾ ਹੋਇਆ, ਕੋਈ ਇੱਕ ਦੋ ਵਾਰੀ ED ਘਰੇ ਗੇੜਾ ਮਾਰ ਗਈ ਹੋਣੀ ਆ ਤੇ ਬਿੱਟੂ ਹੁਣੀ ਕਹਿੰਦੇ ਹੁਣੇ ਕਿਹੜੇ ਕੋਰਟ ਕਚਹਿਰੀਆਂ 'ਚ ਤੁਰੇ ਫਿਰੋ, ਆਜ਼ਾਦ ਰਹੋ, ਮੋਦੀ ਦੀ ਸ਼ਰਨ ਲੈ ਲਓ, ਤੇ ਮੋਦੀ ਦੀ ਸ਼ਰਨ 'ਚ ਚਲੇ ਗਿਆ। ਹਾਲ ਕੁਛ ਨਹੀਂ, ਹਾਲ ਲੋਕੀ ਵੀ ਬਹੁਤ ਤੋਏ ਤੋਏ ਕਰਦੇ ਆ ਇਹਨਾਂ ਲੀਡਰਾਂ ਨੂੰ, ਪਰ ਲੋਕੀ ਕਰ ਕੁਛ ਨਹੀਂ ਸਕਦੇ। ਲੋਕਾਂ ਕੋਲੇ ਬਹੁਤ ਵੱਡੀ ਪਾਵਰ ਹੈ ਵੋਟ ਦੀ, ਇਹ ਵੋਟ ਦੇ ਨਾਲ ਇਹਨਾਂ ਲੋਕਾਂ ਨੂੰ ਜੁੱਤੀ ਦਿਖਾ ਸਕਦੇ ਆ ਤੇ ਉਹ ਦਿਖਾਉਣੀ ਚਾਹੀਦੀ ਆ। ਮੈਂ ਸਾਰੇ ਵੋਟਰਾਂ ਨੂੰ, ਸਾਰੇ ਵੀ ਸਾਡੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਬਈ ਜਿੰਨੇ ਵੀ ਇਹ ਝੋਲੀ ਚੁੱਕ ਲਓਗਾ ਇਹਨਾਂ ਦਾ ਡਟ ਕੇ ਮੁਕਾਬਲਾ ਕਰੋ, ਇਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਕਰੋ, ਇਹਨਾਂ ਨੂੰ ਕਿਸੇ ਨੂੰ ਵੋਟ ਨਾ ਪਾਓ, ਕਿਸੇ ਵੀ ਪਾਰਟੀ ਦਾ ਕੋਈ ਵੀ ਇਹਨਾਂ ਦੀ ਸਪੋਰਟ ਨਾ ਕਰੇ ਤੇ ਇਹਨਾਂ ਨੂੰ ਅਕਲ ਆ ਜਾਵੇ ਫਿਰ ਦਲ ਬਦਲਣ ਦੀ। ਜੀ ਲੇਕਿਨ ਕਾਲੇ ਪਾ, ਇੱਕ ਤੁਸੀਂ ਗੱਲ ਕੀਤੀ ਪਹਿਲਾਂ ਕਮਾਲ ਦੀ ਕਿ ਪਹਿਲਾਂ ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਸੋਚਦੇ ਹੁੰਦੇ ਸੀ ਲੈ ਵੀ ਫਲਾਨਾ ਕਾਂਗਰਸੀ ਆ, ਕਿਉਂਕਿ ਦੋ ਹੀ ਪਾਰਟੀਆਂ ਹੁੰਦੇ ਸੀ, ਕਾਂਗਰਸੀ
ਜਾਂ ਅਕਾਲੀ ਹੁੰਦੇ ਸੀ ਤੇ ਕਈਆਂ ਏਰੀਆ ਜੀ ਚ ਜੀ ਕਮਿਊਨਿਸਟਾਂ ਦਾ ਵੀ ਜ਼ੋਰ ਹੁੰਦਾ ਸੀ, ਲੇਕਿਨ ਉਹ ਪਾਰਟੀ ਨਹੀਂ ਸੀ ਛੱਡਦੇ ਹੁੰਦੇ। ਜੇ ਕਿਸੇ ਨੇ ਇੱਕ ਪਹਿਲਾਂ ਉਹਨੂੰ ਟਿਕਟ ਨਾ ਮਿਲੀ, ਇੱਕ ਵਾਰੀ ਟੱਕਰਾਂ ਮਾਰੀ ਜਾਓ ਨਹੀਂ ਮਿਲਦੀ, ਫਿਰ ਜਾ ਕੇ ਪਾਰਟੀ ਛੱਡਦਾ ਹੁੰਦਾ ਸੀ ਤੇ ਲੋਕਾਂ 'ਚ ਬੜੀ ਚਰਚਾ ਹੁੰਦੀ, ਲੈ ਵੀ ਇਹਨੇ ਕਾਂਗਰਸ ਛੱਡਤੀ ਜਾਂ ਇਹਨੇ ਅਕਾਲੀ ਦਲ ਛੱਡਤਾ, ਇਹ ਕਿੱਦਾਂ ਹੋ ਜੂਗੀ। ਤੇ ਉਹਨੂੰ ਮਨਾਉਣ ਦੇ ਲਈ ਵੀ ਉਹਨਾਂ ਪਾਰਟੀਆਂ ਦੇ ਆਗੂ ਦੇ ਘਰ ਤੱਕ ਜਾਂਦੇ ਹੁੰਦੇ ਸੀ। ਲੇਕਿਨ ਅੱਜ ਤਾਂ ਰਿਵਾਜ ਹੀ ਬਣ ਗਿਆ, ਜੇ ਕੋਈ ਪਾਰਟੀ 'ਚੋਂ ਵੱਡਾ ਆਗੂ ਵੀ ਛੱਡ ਕੇ ਚਲੇ ਜਾਂਦਾ, ਜਿੱਦਾਂ ਹੁਣ ਆਪਾਂ ਭਲੀ ਭਾਂਤ ਜਾਣਦੇ ਹਾਂ ਸਰਦਾਰ ਸਿਕੰਦਰ ਸਿੰਘ ਮਲੂਕਾ, ਜਿਨ੍ਹਾਂ ਦੇ ਨੌ ਪੁੱਤ ਨੇ ਬੀਜੇਪੀ ਨੂੰ ਜੁਆਇਨ ਕਰ ਲਿਆ ਤੇ ਉਹਦੀ ਉਹਨਾਂ ਦੀ ਨੌ ਰਾਣੀ ਨੂੰ ਟਿਕਟ ਵੀ ਬਠਿੰਡੇ ਤੋਂ ਬੀਜੇਪੀ ਨੇ ਦੇ ਦਿੱਤੀ। ਲੇਕਿਨ ਮਲੂਕਾ ਸਾਹਿਬ ਹਜੇ ਵੀ ਕਹੀ ਜਾਂਦੇ ਮੈਂ ਅਕਾਲੀ ਸੀ, ਅਕਾਲੀ ਹਾਂ, ਅਕਾਲੀ ਹੀ ਰਹਾਂਗਾ। ਕਿੰਨਾ ਚਿਰ ਰਹਿਣਗੇ ਅਕਾਲੀ, ਇਹ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਅੱਜ ਕੱਲ੍ਹ ਕਿਸੇ ਦੇ ਯਕੀਨ ਹੈ ਨਹੀਂ। ਪਵਨ ਕੁਮਾਰ ਟੀਨੂ ਨਹੀਂ ਜਲੰਧਰ ਪਰਹਾਰ ਜੀ, ਤੋਂ, ਜਦੋਂ ਪਰਿਵਾਰ ਹੀ ਉਧਰ ਚਲੇ ਗਿਆ ਤੇ ਫੇਰ ਮਲੂਕਾ ਸਿੰਘ ਕੱਲਾ ਕੀ, ਕਾਹਦਾ ਅਕਾਲੀ ਰਹਿ ਗਿਆ, ਕੀ ਕਰੂਗਾ ਅਕਾਲੀ। ਬਿਲਕੁਲ ਬਿਲਕੁਲ, ਰੋਟੀ ਵੀ ਹੁਣ ਖਾਣੀ ਹੈ ਨਾ ਕਿਤੇ ਉਹ। ਅਸੀਂ ਅਸੀਂ ਸਾਡੇ ਏਰੀਏ ਨੇ ਸਾਰਿਆਂ ਨੇ ਰਿੰਕੂ ਨੂੰ ਅੱਡੀ ਚੋਟੀ ਦਾ ਜੋੜ ਲਾ ਕੇ ਜਿਤਾਇਆ, ਤੇ ਮੈਨੂੰ ਮੌਕਾ ਮਿਲਿਆ ਜਦੋਂ ਕਿ ਮੈਂ ਗਿਆ ਬੰਨ ਜਿੱਥੋਂ ਟੁੱਟਾ, ਉੱਥੇ ਬਾਬਾ ਜੀ ਨੇ ਅਖੰਡ ਪਾਠ ਕਰਾਏ ਸੀ ਸਾਰੀਆਂ ਸੰਗਤਾਂ ਦੇ ਨਾਲ ਰਲ ਕੇ, ਤੇ ਉੱਥੇ ਰਿੰਕੂ ਮਿਲਿਆ ਰਿੰਕੂ ਨੂੰ। ਅਸੀਂ ਕਿਹਾ ਪਰ ਰਿੰਕੂ ਭਾਜੀ ਵੀ ਸਾਰੇ ਲੋਕਾਂ ਨੇ ਤੁਹਾਨੂੰ ਮਾਣ ਤਾਣ ਦਵਾਇਆ ਤੇ ਉਹ ਸਾਡੇ ਏਰੀਏ ਦੀਆਂ ਸਾਰੀਆਂ ਹੜ੍ਹ ਦੇ ਕਾਰਨ ਹੁਣ ਸੜਕਾਂ ਟੁੱਟੀਆਂ ਤੇ ਕਿਰਪਾ ਕਰਕੇ ਇਹਨਾਂ ਸੜਕਾਂ ਦਾ ਕਰੋ ਕੁਛ। ਕਹਿੰਦਾ ਨਹੀਂ ਜੀ ਨਹੀਂ, ਅਸੀਂ ਹੁਣ ਬਹੁਤ ਜਲਦੀ ਸੜਕਾਂ ਬਣਾ ਰਹੇ, ਸੜਕਾਂ ਕੀ ਬਣਾਉਣੀਆਂ ਸੀ, ਤੇ ਉਹ ਸਣੇ ਸੜਕਾਂ ਹੀ ਜੁੱਲੀ ਬੈਤਰੀ ਚੱਕੀ ਤੇ ਚੱਲ ਬੀਜੇਪੀ ਦੇ ਜਾਵੜਿਆ। ਤੇ ਲੋਕੀ ਕੰਮ ਕਿਤੋਂ ਲੈਣਗੇ, ਲੋਕੀ ਕੀ ਕਰਨਗੇ, ਇਹਨਾਂ ਲੋਕਾਂ ਤੇ ਵਿਸ਼ਵਾਸ ਯਕੀਨ ਰਹਿ ਹੀ ਨਹੀਂ ਗਿਆ ਕੋਈ। ਬਿਲਕੁਲ ਬਿਲਕੁਲ। ਦੂਸਰੀ ਗੱਲ ਜਿੱਦਾਂ ਹੁਣ ਪਹਿਲਾਂ ਪਤਾ ਲੱਗ ਜਾਂਦਾ, ਮੈਂ ਗੱਲ ਕਰਦਾ ਸੀ ਪਵਨ ਕੁਮਾਰ ਟੀਨੂ ਦੀ, ਜਿਹੜਾ ਜਿਹਨੇ ਪਹਿਲਾਂ ਆਪਣੀ ਸਿਆਸਤ ਸ਼ੁਰੂ ਕੀਤੀ ਸੀ ਬਹੁਜਨ ਸਮਾਜ ਪਾਰਟੀ ਚੋਂ, ਬੜਾ ਧਰੱਲੇਦਾਰ ਬੁਲਾਰਾ ਸੀ। ਇੱਕ ਵਾਰੀ ਉਹਨੇ ਬਹੁਜਨ ਸਮਾਜ ਪਾਰਟੀ ਵੱਲੋਂ, ਮੈਨੂੰ ਚੇਤਾ ਉਦੋਂ ਫਲੌਰ ਹਲਕਾ ਜਿਹੜਾ ਸੀ ਉਹ ਵੀ ਮੈਂਬਰ ਪਾਰਲੀਮੈਂਟ ਹੁੰਦਾ ਸੀ ਫਲੌਰ ਹਲਕਾ ਵੀ, ਉੱਥੋਂ ਹਰਭਜਨ ਸਿੰਘ ਲਾਖਾ ਜਿਹੜਾ ਜਿੱਤਿਆ ਸੀ ਜਦੋਂ ਅਕਾਲੀ ਦਲ ਦਾ ਤੇ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਸੀ, ਗੱਠਬੰਧਨ ਸੀਗਾ, ਉਦੋਂ ਹਰਭਜਨ ਲਾਖਾ ਉੱਥੋਂ ਮੈਂਬਰ ਪਾਰਲੀਮੈਂਟ ਬਣਿਆ। ਤੇ ਰਿੰਕੂ ਪਵਨ ਕੁਮਾਰ ਟੀਨੂ ਸੋਰੀ ਪਵਨ ਕੁਮਾਰ ਟੀਨੂ ਜਿਹੜਾ ਦੋ ਵਾਰੀ ਵਿਧਾਇਕ ਬਣਿਆ ਆਦਮਪੁਰ ਤੋਂ, ਹਜੇ ਜਲੰਧਰ ਦੀ ਸੀਟ ਜਿਹੜੀ ਅਕਾਲੀ ਦਲ ਨੇ ਜਾਂ ਦਿੱਤੀ ਨਹੀਂ ਕਿਸੇ ਨੂੰ, ਲੇਕਿਨ ਉਹ ਪਹਿਲੇ ਹੀ ਛੜੱਪਾ ਮਾਰ ਕੇ ਆਮ ਆਦਮੀ ਚਲ ਗਿਆ, ਟਿਕਟ ਵੀ ਲੈ ਲਈ। ਇਹ ਚੀਜ਼ਾਂ ਮਾੜੀਆਂ ਗਿਆਨੀ ਹਰਦੀਪ ਸਿੰਘ ਜੀ, ਕਿਉਂਕਿ ਅਸੀਂ ਗੱਲ ਕੀਤੀ ਮਾਲਵੇ ਦੀ, ਗੱਲ ਕੀਤੀ ਦੁਆਬੇ ਦੀ, ਤੇ ਗੱਲ ਕਰਾਂਗੇ ਮਾਝੇ ਦੀ। ਮਾਝੇ ਦੇ ਵਿੱਚ ਤਕਰੀਬਨ ਜੇ ਮੈਂ ਗੱਲ ਕਰਾਂ, ਹਜੇ ਤੇ ਕੋਈ ਉਲਤ ਪੁਲਤ ਨਹੀਂ ਹੋਈ, ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ, ਤੁਸੀਂ ਕਿ ਅੱਜ ਪਹਿਲਾਂ ਇਹੀ ਮੁੱਦੇ ਤੇ ਗੱਲ ਕਰਨੀ ਆ ਕਿ ਦਲ ਬਦਲੂਆਂ ਬਾਰੇ, ਉਦੋਂ ਬਾਅਦ ਪਾਰਟੀ ਵਾਈਜ਼ ਪਾਰਟੀ ਆਪਾਂ ਗੱਲ ਕਰਾਂਗੇ ਕਿਹੜੀ ਪਾਰਟੀ ਕਿੰਨਾ ਕੁ ਆਧਾਰ ਰੱਖਦੀ ਲੋਕਾਂ 'ਚ। ਦੇਖੋ ਰਮਿਆਲ ਸਾਹਿਬ, ਜੇ ਮਾਲਵਾ ਦਲ ਬਦਲੂ ਬਣ ਗਿਆ, ਦੁਆਬਾ ਬਣ ਗਿਆ, ਤੇ ਮਾਝਾ ਵੀ ਤੇ ਉਸੇ ਕੈਟਾਗਰੀ ਦਾ ਇੱਕ ਹੋਣਾ ਨਿਕਲਣਾ ਆ, ਕਿਉਂਕਿ ਚੱਕਰ ਕੀ ਆ ਕਿ ਇਸ ਟਾਈਮ ਲੀਡਰਾਂ ਨੂੰ ਸਵਾਦ ਬੜਾ ਆ ਰਿਹਾ, ਕੁਰਸੀਆਂ ਬੀਜੇਪੀ ਦੀਆਂ ਨਿੱਘੀਆਂ ਹੋ ਗਈਆਂ ਨਾ, ਬਹਿ ਬਹਿ ਕੇ ਮੰਤਰੀਆਂ ਨਿੱਘੀਆਂ ਕਰ ਦਿੱਤੀਆਂ, ਇਹ ਕਰਕੇ ਸਾਰੇ ਉੱਧਰ ਨੂੰ ਤੁਰੇ ਜਾ ਰਹੇ ਆ। ਮੈਂ ਸਹਿਮਤ ਹਾਂ ਕਾਲੇ ਭਾਜੀ ਹੁਣਾਂ ਦੇ ਨਾਲ, ਲਾਡੀ ਭਾਵਨਾ ਦੇ ਨਾਲ, ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਨਾ ਜੀ, ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ, ਕਿਉਂਕਿ ਮੈਂ ਗੁਰੂ ਘਰ ਦਾ ਸੇਵਾਦਾਰ ਇਸ ਕਰਕੇ ਗੁਰਬਾਣੀ ਦੀ ਗੱਲ ਨਾਲ ਕਰਾਂਗਾ, ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਇਹੋ ਜਿਹੇ ਦਲ ਬਦਲੂ ਜਿਹੜੇ ਨੇ, ਕਿਉਂਕਿ ਸਾਡੇ ਸਿੱਖ ਇਤਿਹਾਸ ਵਿੱਚ ਵੀ ਹੋਏ ਨੇ ਦਲ ਬਦਲੂ ਜਿਨ੍ਹਾਂ ਨੇ ਗੁਰੂ ਸਾਹਿਬ ਮਹਾਰਾਜ ਨੂੰ ਧੋਖੇ ਦਿੱਤੇ ਨੇ, ਇਹੋ ਜਿਹੇ ਦਲ ਬਦਲੂ ਜਿਹੜੇ ਲੋਕ ਨੇ ਇਹ ਕਦੇ ਵੀ ਕਿਸੇ ਦਾ ਵੀ ਨੁਕਸਾਨ ਕਰਵਾ ਸਕਦੇ, ਇਹ ਕਦੇ ਵੀ ਤੁਹਾਡੇ ਸਕੇ ਨਹੀਂ ਹੁੰਦੇ। ਲੋਕਾਂ ਨੂੰ ਕਾਲੇ ਭਾਣੇ ਅਪੀਲ ਕੀਤੀ ਆ, ਮੈਂ ਵੀ ਇਹੀ ਅਪੀਲ ਕਰਾਂਗਾ, ਕਿਉਂਕਿ ਹੁਣ ਤੇ ਜਿਹੜੇ ਲੀਡਰਾਂ ਦਲ ਬਦਲੂ ਲੀਡਰ ਨੇ, ਇਹਨਾਂ ਦੇ ਵਰਕਰ ਜਿਹੜੇ ਨੇ, ਮੰਨ ਲਓ ਇੱਕ ਲੀਡਰ ਆ ਉਹਨੇ ਸੈਕਟਰੀ ਰੱਖਿਆ ਜਾਂ ਕੋਈ ਉਹਨੇ ਪੋਸਟ ਬਣਾਉਣ ਵਾਲਾ ਰੱਖਿਆ,
ਉਹ ਵਿਚਾਰਾ ਜੇ ਪੋਸਟਰ ਜਿਹੜਾ ਕੋਈ ਬੀਜੇਪੀ 'ਚ ਗਿਆ ਉਹਦਾ ਬਣਾ ਹੀ ਰਿਹਾ ਹੁੰਦਾ ਤੇ ਪਤਾ ਲੱਗਦਾ ਸਵੇਰ ਨੂੰ ਉਹਦੇ ਕਾਂਗਰਸ ਚਲਿਆ ਗਿਆ, ਉਹਨੂੰ ਫਿਰ ਸਾਰੇ ਪੋਸਟਰ ਫਿਰ ਨੂੰ ਡਿਲੀਟ ਕਰਨੇ ਪੈਂਦੇ ਆ, ਫਿਰ ਨਵੇਂ ਬਣਾਉਣੇ ਪੈਂਦੇ ਆ। ਉਹ ਲੀਡਰ ਕਹਿੰਦੇ ਨਾ ਤੁਰਿਆ ਜਾ ਰਿਹਾ ਰੈਲੀ ਕਰਨ ਤੇ ਉਹ ਸਾਹਮਣੇ ਭੀੜ ਜੀ ਦੇਖੀ, ਕਹਿੰਦਾ ਇਹ ਕਾਹਦੀ ਭੀੜ ਲੱਗੀ, ਕਹਿੰਦਾ ਮਹਾਰਾਜ ਇਹ ਤੁਹਾਡੀ ਪੁਰਾਣੀ ਪਾਰਟੀ ਵਾਲੇ, ਕਹਿੰਦਾ ਇੱਥੋਂ ਹੀ ਵਾਪਸ ਮੁੜ ਜਾਓ, ਕੀ ਪਤਾ ਸਾਨੂੰ ਦੁਬਾਰਾ ਹੀ ਆਉਣਾ ਪਿਆ ਜੇ ਇੱਧਰ। ਸੋ ਏਦਾਂ ਦਾ ਸਿਸਟਮ ਚੱਲਣ ਦਿਆ, ਲੋਕ ਪਰੇਸ਼ਾਨ ਹੋਏ ਆ ਵਿਚਾਰੇ ਬਹੁਤ ਜ਼ਿਆਦਾ, ਪਰ ਲੋਕਾਂ ਨੂੰ ਇੱਥੇ ਬੜੀ ਅਕਲ ਤੋਂ ਕੰਮ ਲੈਣਾ ਪੈਣਾ, ਕਿਉਂਕਿ ਦੇਖੋ ਇਹਨਾਂ ਲੀਡਰਾਂ ਨੇ ਭਲਾ ਕਰਨਾ ਸੀਗਾ ਸਟੇਟ ਦਾ, ਪਰ ਇਹ ਆਪਣੇ ਭਲਾ ਨਹੀਂ ਕਰ ਪਾ ਰਹੇ। ਜੇ ਮੰਨ ਲਓ ਹੁਣ ਹਾਰ ਹੀ ਗਏ ਆ, ਜੇ ਤੁਹਾਨੂੰ ਸੀਟ ਨਹੀਂ ਮਿਲੀ, ਟਿਕਟ ਨਹੀਂ ਮਿਲੀ, ਜੇ ਤੁਸੀਂ ਹਾਰ ਹੀ ਗਏ ਹੋ, ਹਾਰੀ ਪਾਰਟੀ ਵਿੱਚੋਂ ਹੈਗੇ, ਤੇ ਫਿਰ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਤੁਸੀਂ ਹੁਣ ਪਾਰਟੀਆਂ ਬਦਲੋ। ਜਦੋਂ ਤੁਸੀਂ ਜਿੱਤੇ ਸੀ ਉਦੋਂ ਕਿਹੜੀਆਂ ਤੁਸੀਂ ਪਾਰਟੀਆਂ ਬਦਲੀਆਂ ਸੀ? ਸਾਡਾ ਇੱਥੇ ਫਰਜ਼ ਬਣਦਾ ਆ, ਲੀਡਰਾਂ ਦਾ ਫਰਜ਼ ਬਣਦਾ ਆ ਕਿ ਥੋੜ੍ਹਾ ਬਹੁਤਾ ਅਕਲ ਤੋਂ ਕੰਮ ਲੈਣ। ਹੈਗੇ ਸਾਰੇ ਚਿੱਟੀਆਂ ਦਾੜੀਆਂ ਵਾਲੇ ਸਿਆਣੇ, ਪਰ ਇਹਨਾਂ ਸਾਰਿਆਂ ਦੀ ਅਕਲ ਮੰਨ ਲਓ ਹੁਣ ਘਾਹ ਖਾਣ ਚਲੇ ਗਈ ਕਿਤੇ, ਕਿਉਂਕਿ ਇਹਨਾਂ ਨੂੰ ਇੰਨੀ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਨਵੀਂ ਪੀੜ੍ਹੀ ਨੂੰ ਸਿਖਾਉਣਾ ਆ ਕਿ, ਪਰ ਅਸੀਂ ਨਵੀਂ ਪੀੜ੍ਹੀ ਨੂੰ ਸਿਖਾ ਕੀ ਰਹੇ ਹਾਂ? ਸਿਖਾ ਇਹ ਰਹੇ ਹਾਂ ਕਿ ਇਮਾਨਦਾਰੀ ਨਹੀਂ ਰੱਖਣੀ, ਧੋਖਾ ਧੜੀ ਰੱਖਣੀ ਆ, ਮਤਲਬ ਕਿਸੇ ਵੀ ਤਰੀਕੇ ਨਾਲ ਜ਼ਮੀਰ ਨੂੰ ਆਪਣੀ ਨੂੰ ਉੱਚਾ ਨਹੀਂ ਚੱਕਣਾ, ਮਰੀ ਹੋਈ ਜ਼ਮੀਰ ਸਾਰਿਆਂ ਦੀ। ਤੇ ਗੁਰੂ ਮਹਾਰਾਜ ਦੀ ਬਾਣੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਸਾਨੂੰ ਇਹ ਸਿਖਾਉਂਦੀ ਆ ਕਿ ਜਦੋਂ ਤੇਰੀ ਜ਼ਮੀਰ ਮਰ ਗਈ ਤੂੰ ਉਦਣ ਮਰ ਜਾਣਾ ਆਤਮਕ ਮੌਤ। ਪਰ ਸਾਡੇ ਲੀਡਰਾਂ ਦੀ ਜ਼ਮੀਰ ਇਸ ਟਾਈਮ ਇੰਨੀ ਕੁ ਗਿਰ ਚੁੱਕੀ ਆ, ਇੰਨੀ ਕੁ ਮਰ ਚੁੱਕੀ ਆ, ਜਿਹੜੇ ਆ ਦਲ ਬਦਲੂ ਨੇ ਹਰ ਇੱਕ ਪਾਰਟੀ ਦੇ, ਚਾਹੇ ਉਹ ਕਾਂਗਰਸ ਹੋਵੇ, ਆਮ ਆਦਮੀ ਹੋਵੇ, ਬੀਜੇਪੀ ਆ, ਅਕਾਲੀ ਦਲ ਆ, ਜਾਂ ਕੋਈ ਹੋਰ ਪਾਰਟੀ ਆ, ਜਿੰਨੇ ਵੀ ਇਹ ਜਾ ਰਹੇ ਨੇ, ਇੱਥੋਂ ਸਾਫ਼ ਪਤਾ ਲੱਗ ਜਾਂਦਾ ਆ ਕਿ ਪਾਰਟੀਆਂ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਚੱਲ ਰਿਹਾ। ਨਾ ਇਹਨਾਂ ਨੂੰ ਆਪਣੇ ਪ੍ਰਧਾਨਾਂ 'ਤੇ ਭਰੋਸਾ, ਨਾ ਪ੍ਰਧਾਨਾਂ ਨੂੰ ਇਹਨਾਂ 'ਤੇ ਭਰੋਸਾ, ਨਾ ਇਹਨਾਂ ਨੂੰ ਜਨਤਾ ਦਾ ਕੋਈ ਫਿਕਰ ਆ, ਨਾ ਇਹਨਾਂ ਨੂੰ ਕਿਸੇ ਦਾ ਕੋਈ ਫਿਕਰ ਆ, ਇਹਨਾਂ ਨੂੰ ਸਿਰਫ਼ ਆਪਣੀ ਕੁਰਸੀ ਦਾ ਫਿਕਰ ਆ। ਇਹੋ ਜਿਹੇ ਲੋਕਾਂ ਤੋਂ ਜਿੰਨੀ ਜਲਦੀ ਬਚਿਆ ਜਾ ਸਕੇ ਉਨੀ ਜਲਦੀ ਵਧੀਆ ਆ, ਕਿਉਂਕਿ ਪੰਜਾਬ ਦਾ ਭਲਾ ਉਦੋਂ ਹੀ ਹੋਣਾ ਜਦੋਂ ਪੰਜਾਬ ਨੂੰ ਸੁਹਿਰਦ ਨੇਤਾ ਜਿਹੜੇ ਉਹ ਮਿਲਣੇ ਆ, ਚੰਗੇ ਨੇਤਾ ਜਿਹੜੇ ਮਿਲਦੇ, ਅਤੇ ਚੰਗਾ ਨੇਤਾ ਉਹੀ ਆ ਜਿਹੜਾ ਦਲ ਬਦਲੂ ਨਾ ਹੋਵੇ, ਪਾਰਟੀਆਂ ਨਾ ਬਦਲੇ, ਜਿਹਦੀ ਜ਼ਮੀਰ ਉੱਚੀ ਹੋਵੇ, ਜਿਹੜਾ ਕਿਰਦਾਰ ਤੋਂ ਵੀ ਉੱਚਾ ਹੋਵੇ। ਪਰ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਰੇ ਤਾਂ ਹੋ ਸਕਦਾ ਆ, ਕਿਉਂਕਿ ਪੰਜਾਬ ਇਸ ਵਕਤ ਇਹਨਾਂ ਲੋਕਾਂ, ਇਹਨਾਂ ਬੇਈਮਾਨ ਲੋਕਾਂ ਦੇ ਹੱਥਾਂ 'ਚ ਆ ਚੁੱਕਿਆ ਆ, ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ। ਇੱਕ ਪਾਸੇ ਰੌਲਾ ਪਾਉਂਦੇ ਆ ਜੀ ਨਸ਼ਾ ਪੰਜਾਬ 'ਚੋਂ ਖਤਮ ਕਰਨਾ, ਨਸ਼ਾ ਇਹਨਾਂ ਨੇ ਸਵਾਹ ਖਤਮ ਕਰਨਾ, ਇਹ ਆਪ ਤੇ ਨਸ਼ਿਆਂ ਦੇ ਵਿੱਚ ਗੜੱਚ ਨੇ, ਆਪ ਤੇ ਬੇਈਮਾਨ ਨੇ, ਆਪ ਤੇ ਇਹਨਾਂ ਦੇ ਕਿਰਦਾਰ ਗਿਰ ਗਏ। ਬੰਦਾ ਨਸ਼ੇ ਤੋਂ ਉਹੀ ਬਚਾ ਸਕਦਾ ਜਿਹੜਾ ਆਪ ਕਿਰਦਾਰ ਦਾ ਉੱਚਾ ਹੋਵੇ, ਝੂਠ ਨਾ ਬੋਲੇ, ਬੇਈਮਾਨੀ ਨਾ ਕਰੇ। ਇਹ ਬੇਈਮਾਨ ਹੀ ਨੇ ਜਿਹੜੇ ਇੱਕ ਪਾਰਟੀ ਛੱਡ ਕੇ ਦੂਜੀ 'ਚ ਜਾ ਰਹੇ ਆ, ਜਿਹੜੀ ਪਾਰਟੀ ਨੇ ਇੰਨਾ ਚਿਰ ਪਾਲਿਆ ਤੁਹਾਨੂੰ, ਤੁਹਾਡੇ ਪਰਿਵਾਰਾਂ ਦੇ ਭਵਿੱਖ ਬਣਾ ਦਿੱਤੇ, ਉਹਨਾਂ ਨੂੰ ਛੱਡ ਕੇ ਤੁਸੀਂ ਦੂਜੀਆਂ ਪਾਰਟੀਆਂ ਜਾ ਰਹੇ ਹੋ, ਤੁਸੀਂ ਲੋਕਾਂ ਦਾ ਪੰਜਾਬ ਦਿਆਂ ਦਾ ਕੀ ਸਵਾਰੋਗੇ? ਅਪੀਲ ਹੈ ਇਹਨਾਂ ਸਾਰਿਆਂ ਨੂੰ, ਬੇਨਤੀ ਆ ਕਿ ਭਾਈ ਆਪਣੇ ਘਰਾਂ ਨੂੰ ਵਾਪਸ ਆ ਜਾਓ ਤਾਂ ਕਿ ਤੁਸੀਂ ਪੰਜਾਬ ਦਾ ਭਲਾ ਕਰ ਸਕੋ। ਇਸ ਤਰ੍ਹਾਂ ਦਲ ਬਦਲੂਆਂ ਕਰਕੇ ਤੁਹਾਡੀਆਂ ਬੇਈਮਾਨੀਆਂ ਜੱਗ ਜ਼ਾਹਰ ਜ਼ਰੂਰ ਹੋਣਗੀਆਂ ਇੱਕ ਦਿਨ, ਫਿਰ ਤੁਹਾਨੂੰ ਕਿਸੇ ਵੀ ਪਾਰਟੀ ਨੇ ਥਾਂ ਨਹੀਂ ਦੇਣਾ, ਤੁਹਾਨੂੰ ਇਸ ਧਰਤੀ ਨੇ ਵੀ ਥਾਂ ਨਹੀਂ ਦੇਣਾ। ਦੇਖਿਆ ਨਾ ਬੀਜੇਪੀ ਦੇ ਬੰਦਿਆਂ ਦਾ ਹਾਲ ਪੰਜਾਬ ਦੇ ਵਿੱਚ, ਕਿਵੇਂ ਉਹਨਾਂ ਨੂੰ ਫਟਕਾਰਾਂ ਪੈ ਰਹੀਆਂ ਆ, ਜੇ ਕੋਈ ਜਾ ਰਿਹਾ ਤੇ ਅੱਗੋਂ ਲੋਕ ਖੜੇ ਹੋ ਹੋ ਕੇ ਉਹਨਾਂ ਨੂੰ ਵਾਪਸ ਭੇਜ ਰਹੇ ਆ। ਸੋ ਇਸੇ ਤਰ੍ਹਾਂ ਹੀ ਹੋਣਾ ਰਾਮੀਵਾਲ ਸਾਹਿਬ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤੇ ਆਸ ਕਰਦੇ ਹਾਂ ਕਿ ਮਹਾਰਾਜ ਕਿਰਪਾ ਕਰੇ, ਇਹਨਾਂ ਨੂੰ ਅਕਲ ਦੇਵੇ ਤਾਂ ਕਿ ਪੰਜਾਬ ਦੇ ਭਲੇ ਲਈ ਇਹ ਸੱਚ ਬੋਲ ਸਕਣ ਤੇ ਇਮਾਨਦਾਰੀ ਦੀ ਜ਼ਿੰਦਗੀ ਜੀ ਸਕਣ। ਜੀ ਰਾਮੀਵਾਲ ਸਾਹਿਬ, ਬਿਲਕੁਲ ਬਿਲਕੁਲ, ਇਹ 'ਚ ਕੋਈ ਦੋ ਰਾਵਾਂ ਨਹੀਂ। ਮੈਂ ਅਨੇਕਾਂ ਵਾਰੀ ਸੁਣਿਆ ਇਹ ਗੱਲਾਂ, ਸਿਆਣਿਆਂ ਕੋਲੋਂ ਸੁਣੀਆਂ। ਪੰਜਾਬ ਦੇ 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹਨਾਂ ਨੇ ਵੀ ਅਨੇਕਾਂ ਵਾਰੀ ਜਦੋਂ ਕੋਈ ਪਾਰਟੀ ਦਾ ਕੋਈ ਆਗੂ ਛੱਡ ਕੇ ਦੂਸਰੀ ਪਾਰਟੀ ਚਲ ਜਾਂਦਾ ਸੀ, ਮੇਰੇ ਕਹਿਣ ਤੋਂ ਭਾਵ ਚਾਹੇ ਕਾਂਗਰਸ ਦਾ ਹੀ ਚਾਹੇ ਕਿਸੇ ਹੋਰ ਪਾਰਟੀ ਦੇ ਛੱਡ ਕੇ ਉਹਨਾਂ ਦੀ ਪਾਰਟੀ 'ਚ ਵੀ ਆ ਜਾਵੇ, ਤੇ ਉਹ ਤਾਂ ਵੀ ਕਹਿ ਦਿੰਦੇ ਹੁੰਦੇ ਸੀਗੇ ਜਦੋਂ ਤੁਸੀਂ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਜਾਂਦੇ ਆ ਤੇ ਤੁਹਾਡਾ ਹਮੇ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਜ਼ਰੂਰ ਹੋਵੇਗਾ, ਕਿਉਂਕਿ ਸਿਆਣੇ ਕਹਿੰਦੇ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ।
ਇਹ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਡੇ ਨਾਲੋਂ ਬੜੇ ਸੂਝਵਾਨ ਨੇ ਪੰਜਾਬ ਦੀ ਧਰਤੀ ਤੇ ਬੈਠੇ ਨੇ ਜੋ ਜੋ ਵੋਟਾਂ ਪਾਉਂਦੇ ਨੇ ਜੋ ਲੀਡਰਾਂ ਦੇ ਨਾਲ ਝੰਡੇ ਚੱਕ ਕੇ ਤੁਰਦੇ ਨੇ ਪੋਸਟਰ ਚੱਕ ਕੇ ਤੁਰਦੇ ਨੇ ਨਾਰੇ ਲਾਉਂਦੇ ਨੇ ਇੱਕ ਦੂਸਰੇ ਦੇ ਵਿਰੁੱਧ ਲੇਕਿਨ ਉਹ ਨਾਰੇ ਵਿਚਾਰੇ ਰਾਤ ਨੂੰ ਤਾਂ ਗਲਾ ਉਹਨਾਂ ਦਾ ਥੱਕ ਜਾਂਦਾ ਨਾਰੇ ਸਾਰੀ ਦਿਹਾੜੀ ਲਾ ਕੇ ਸਵੇਰ ਨੂੰ ਵਿਚਾਰਿਆਂ ਨੂੰ ਦੂਸਰੀ ਪਾਰਟੀ ਲਈ ਨਾਰੇ ਆਪਣੇ ਕੈਂਡੀਡੇਟ ਦੇ ਮਗਰ ਆਪਣੇ ਲੀਡਰ ਦੇ ਮਗਰ ਲਾਉਣੇ ਪੈਂਦੇ ਨੇ ਦੂਸਰੀ ਪਾਰਟੀ ਦੇ ਨਾਲ ਜਾਣਾ ਪੈਂਦਾ ਲੇਕਿਨ ਇਹ ਚੀਜ਼ਾਂ ਮਾੜੀਆਂ ਵਿਚਾਰੇ ਕਿੱਥੇ ਰਹਿਣ ਕਿਉਂਕਿ ਪਿੰਡਾਂ 'ਚ ਰਹਿੰਦੇ ਆ ਪਿੰਡਾਂ ਦੇ ਵਿੱਚ ਜਿੱਥੇ ਇੱਕ ਦੂਸਰੇ ਨਾਲ ਪਿਆਰ ਵੱਸਦਾ ਉੱਥੇ ਇੱਕ ਦੂਸਰੇ ਨਾਲ ਦੁਸ਼ਮਣੀ ਵੀ ਨਾਲ ਦੀ ਨਾਲ ਵੱਸਦੀ ਆ ਸੋ ਦਲ ਬਦਲੂਆਂ ਨੂੰ ਤਦੀ ਨੱਥ ਪੈ ਸਕਦੀ ਆ ਅਗਰ ਜਿੰਨੇ ਦਲ ਬਦਲੂ ਛੱਡ ਕੇ ਚਾਹੇ ਅਕਾਲੀ ਦਲ 'ਚੋਂ ਛੱਡ ਕੇ ਕੋਈ ਅਸੀਂ ਹੋਰ ਪਾਰਟੀ 'ਚ ਗਿਆ ਚਾਹੇ ਕੋਈ ਹੋਰ ਪਾਰਟੀ ਛੱਡ ਕੇ ਅਕਾਲੀ ਦਲ 'ਚ ਆਇਆ ਇਸੇ ਤਰ੍ਹਾਂ ਬਾਕੀਆਂ ਪਾਰਟੀਆਂ 'ਚ ਜਿਹਨੇ ਵੀ ਦਲ ਬਦਲ ਏਦਾਂ ਕੀਤੀ ਹੈ ਉਹਨੂੰ ਪੰਜਾਬ ਦੇ ਲੋਕ ਐਤਕੀ ਮੂੰਹ ਨਾ ਲਾਉਣ ਤਾਂ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਇਹ ਨਸੀਹਤ ਮਿਲ ਸਕੇ ਸੋ ਮੈਂ ਗੱਲ ਕਰਾਂਗਾ ਪਾਰਟੀ ਬਾਏ ਪਾਰਟੀਜ਼ ਸੋ ਲਾਡੀ ਭਾ ਤੁਹਾਡੇ ਤੋਂ ਸ਼ੁਰੂ ਕਰਾਂਗਾ ਕਿ ਕਾਂਗਰਸ ਪਾਰਟੀ ਦੀ ਪਹਿਲਾਂ ਗੱਲ ਕਰਾਂਗੇ ਕਿਉਂਕਿ ਕਾਂਗਰਸ ਪਾਰਟੀ ਦੁਨੀਆਂ ਕਹਿਤਾ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਆ ਸੋ ਪੁਰਾਣੀ ਪਾਰਟੀ ਦੇ ਨਾਤੇ ਤੇ ਮੈਂ ਗੱਲ ਕਰਾਂਗਾ ਕਿ ਕਾਂਗਰਸ ਨੇ ਹਜੇ ਤੱਕ ਪੰਜਾਬ ਦੇ ਵਿੱਚ ਆਪਣੀਆਂ ਪੂਰੀਆਂ ਸੀਟਾਂ ਐਲਾਨ ਨਹੀਂ ਕੀਤੀਆਂ ਤੇ ਨਾਲ ਦੀ ਨਾਲ ਤੁਹਾਡੇ ਧਿਆਨ ਵਿੱਚ ਲਿਆ ਦਿਆਂ ਕਿ ਸੰਗਰੂਰ ਐਡਾ ਵੱਡਾ ਜ਼ਿਲ੍ਹਾ ਸੰਗਰੂਰ ਦੇ ਕੋਲ ਕੀ ਆਪਣੇ ਲਈ ਕਾਂਗਰਸ ਦੇ ਲਈ ਕੈਂਡੀਡੇਟ ਹੈ ਨੀ ਜਿਹੜਾ ਸੁਖਪਾਲ ਖਹਿਰੇ ਨੂੰ ਚੱਕ ਕੇ ਲਿਆ ਕੇ ਪੈਰਾਸ਼ੂਟ ਵਾਂਗੂ ਸਿੱਟ ਦਿੱਤਾ ਕੀ ਕਹਿਣਾ ਚਾਹੁੰਦਾ ਲਾਡੀ ਭਾ ਕਾਂਗਰਸ ਬਾਰੇ ਰਾਮੇਲ ਸਾਹਿਬ ਤੁਹਾਡਾ ਸਵਾਲ ਬਹੁਤ ਵਾਜਬ ਆ ਵੀ ਹਾਂ ਤੁਸੀਂ ਇਹ ਗੱਲ ਕਹੀਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਇਸ ਵਕਤ ਸੰਗਰੂਰ ਤੋਂ ਲੜਾਈ ਹੈ ਇੱਕ ਪਾਰਟੀ ਦਾ ਡਿਸੀਜਨ ਆ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਉੱਥੋਂ ਐਲਾਨਿਆ ਪਰ ਪਾਰਟੀ ਕੋਲ ਉੱਥੇ ਦੋ ਚਿਹਰੇ ਹੋਰ ਵੀ ਹੈਗੇ ਆ ਜੇ ਕਿ ਦਲਵੀਰ ਗੋਲਡੀ ਹੁਣੀ ਨਾਰਾਜ਼ ਚੱਲਣ ਡਏ ਆ ਪਾਰਟੀ ਦੇ ਨਾਲ ਕਿ ਪਹਿਲਾਂ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਤੂੰ ਚੋਣ ਮੈਦਾਨ ਦੇ ਵਿੱਚ ਜਾ ਕਿ ਟਿਕਟ ਤੈਨੂੰ ਦੇਣੀ ਹੈ ਭਗਵੰਤ ਸਿੰਘ ਮਾਨ ਜਿਹੜੇ ਕਿ ਪੰਜਾਬ ਦੇ ਸੀਐਮ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚੋਂ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਪਰ ਉਦੋਂ ਚੋਣ ਹਾਰ ਗਏ ਸੀ ਪਰ ਹੁਣ ਵੀ ਮੈਂ ਇਹ ਗੱਲ ਕਹਿੰਦਾ ਕਿ ਉਹਨਾਂ ਨੂੰ ਬਿਲਕੁਲ ਪਾਰਟੀ ਹਾਈਕਮਾਂਡ ਨੇ ਇਹ ਗੱਲ ਕਿਹਾ ਕਿ ਉਸ ਤੋਂ ਬਾਅਦ ਦੇ ਵਿੱਚ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦੇ ਦਿੱਤੀ ਦਲਬੀਰ ਸਿੰਘ ਗੋਲਡੀ ਹੁਣੀ ਅਜੇ ਵੀ ਨਾਰਾਜ਼ ਨੇ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਦਾ ਇਹ ਗੱਲ ਕਹਿਣਾ ਸੀ ਮੇਰੇ ਤੇ ਪੰਜ ਪਰਚੇ ਭਗਵੰਤ ਮਾਨ ਉਹਨਾਂ ਨੇ ਇਹ ਗੱਲ ਉਹਨਾਂ ਦੀ ਸਰਕਾਰ ਨੇ ਇਹ ਗੱਲ ਪਰਚੇ ਕਰਵਾਏ ਕਿ ਮੈਂ ਤਾਂ ਕਰਕੇ ਸੀਐਮ ਮਾਨ ਦੇ ਹਲਕੇ ਦੇ ਵਿੱਚੋਂ ਚੋਣ ਲੜਨੀ ਹੈ ਉਹ ਕਹਿੰਦੇ ਜੀ ਸਦਕੇ ਤੁਸੀਂ ਚੋਣ ਲੜ ਲਓ ਪਰ ਕਾਂਗਰਸ ਦੇ ਅੰਦਰ ਕਾਟੋ ਕਲੇਸ਼ ਅਜੇ ਵੀ ਚੱਲ ਰਿਹਾ ਕਿ ਕਾਂਗਰਸ ਦੇ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਬੰਦੇ ਛੱਡ ਕੇ ਕੋਈ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਕਈ ਬੀਜੇਪੀ 'ਚ ਸ਼ਾਮਲ ਹੋ ਗਏ ਮਹਾਰਾਣੀ ਪ੍ਰੀਤ ਕੌਰ ਵੀ ਬੀਜੇਪੀ ਹੋ ਗਈ ਰਵਨੀਤ ਸਿੰਘ ਬਿੱਟੂ ਬੀਜੇਪੀ 'ਚ ਸ਼ਾਮਲ ਹੋ ਗਏ ਜੇ ਮੈਂ ਗੱਲ ਕਰਾਂ ਨਾਲ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ ਕਿਹੜੇ ਪਾਸਿਓਂ ਕਿੱਧਰ ਨੂੰ ਯੂ ਟਰਨ ਲੈ ਕੇ ਕਿਹੜੇ ਪਾਸੇ ਨੂੰ ਚਲੇ ਗਏ ਜੇ ਮੈਂ ਗੱਲ ਕਰਾਂ ਫਤਿਹਗੜ੍ਹ ਤੋਂ ਗੁਰਪ੍ਰੀਤ ਸਿੰਘ ਜੀਪੀ ਉਹ ਵੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਜਿਹਨਾਂ ਨਾਲ ਦੇ ਨਾਲ ਰਾਜਕੁਮਾਰ ਵੇਰਕਾ ਚੱਬੇਵਾਲ ਜੀ ਉਹਨਾਂ ਦੀ ਗੱਲ ਕਰਾਂ ਉਹ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਰ ਇੱਕ ਲੀਡਰ ਨੂੰ ਇਸ ਵਕਤ ਆਪਣੀ ਕੁਰਸੀ ਪਿਆਰੀ ਹੈ ਬਿਲਕੁਲ ਆਪਣੀ ਇਹ ਦੇਖਦੇ ਨੇ ਕਿ ਸਾਡੇ ਕੋਲ ਕਿਸੇ ਢੰਗ ਤਰੀਕੇ ਨਾਲ ਗੱਡੀਆਂ ਸਿਕਿਉਰਿਟੀ ਜਾਂ ਦਿੱਲੀ ਵਾਲੀ ਕੋਠੀ ਆ ਜਾਵੇ ਕਿਸੇ ਨੂੰ ਕੋਈ ਲੀਡਰ ਜਾਂ ਪਬਲਿਕ ਲੀਡਰਾਂ ਨੂੰ ਪਬਲਿਕ ਦਾ ਬਿਲਕੁਲ ਹੈ ਨਹੀਂ ਗਾ ਜੀ ਹਾਂ ਕਿਹੜੇ ਹਲਕੇ 'ਚ ਵਿਕਾਸ ਹੋਇਆ ਜਾਂ ਨਹੀਂ ਹੋਇਆ ਬਸ ਇਹ ਹੈ ਵੀ ਜੁਮਲਾ ਲੋਕਾਂ ਨੂੰ ਇਹ ਲੋਲੀਪੋਪ ਦੇਣਾ ਹੈ ਲੋਲੀਪੋਪ ਜਿਹੜੇ ਬੰਦੇ ਨੂੰ ਦੇਣਾ ਆ ਗਿਆ ਆਪਣੇ ਲੋਕ ਮਗਰ ਲਾ ਲਏ ਬਿਲਕੁਲ ਜੀ ਲੋਕਾਂ ਨੇ ਵਿਸ਼ਵਾਸ ਕਰ ਹੀ ਲੈਣਾ ਕਿ ਬਿਲਕੁਲ ਪੰਜਾਬ ਦੇ ਲੋਕ ਜਿਹੜੇ ਕਿ ਉਹਨਾਂ ਨੂੰ ਪਤਾ ਜੇ ਵੀ ਵਿਸ਼ਵਾਸ ਇੱਕ ਕਰ ਲੈਂਦੇ ਨੇ ਲੋਕਾਂ ਨੇ ਸੋਚਣਾ ਹੈ ਕਿਹੜੇ ਲੀਡਰ ਨੂੰ ਵੋਟ ਪਾਉਣੀ ਹੈ ਕਿਹੜਾ ਲੀਡਰ ਤੁਹਾਡੇ ਦੁੱਖ ਸੁੱਖ ਦੇ ਵਿੱਚ ਨਾਲ ਤੁਰਿਆ ਹੈ ਕਿਹੜਾ ਲੀਡਰ ਤੁਹਾਡੇ ਨਾਲ ਤੁਹਾਡੀ ਬਾਂਹ ਨਾਲ ਬਾਂਹ ਨਾਲ ਮੋਢੇ ਨਾਲ ਮੋਢਾ ਨਾਲ ਲਾ ਕੇ ਤੁਰਦਾ ਹੈ ਹੁੰਦਾ ਹੈ ਜਾਂ ਨਹੀਂ ਹੁੰਦਾ ਪੰਜਾਬ ਦੇ ਵਿੱਚ ਕਿ ਅਜੇ ਤੱਕ 75-77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਅਜੇ ਤੱਕ ਉਹਨਾਂ ਗਲੀਆਂ ਨਾਲੀਆਂ 'ਤੇ ਤੁਰੇ ਹੋਏ ਨੇ ਸੜਕਾਂ 'ਤੇ ਤੁਰੇ ਹੋਏ ਨੇ
ਇਹ ਤੁਸੀਂ ਹਿਸਾਬ ਲਾਓ ਕਿ ਦੇਸ਼ ਆਜ਼ਾਦ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਆ ਕਿ ਅਜੇ ਤੱਕ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਥੇ ਤੱਕ ਹੀ ਰੱਖਿਆ ਜਾ ਰਿਹਾ ਆ ਕਿ ਗਲੀਆਂ ਨਾਲੀਆਂ ਜਾਂ ਤੁਹਾਨੂੰ ਆਟਾ ਦਾਲ ਦੇ ਦਿਆਂਗੇ, ਕਿ ਪੰਜਾਬ ਦੇ ਲੋਕ ਪੜ੍ਹ ਨਾ ਜਾਣ ਬਿਲਕੁਲ, ਜੇ ਪੜ੍ਹ ਲਿਖ ਗਏ ਆਪ ਨੌਕਰੀਆਂ ਤੇ ਲੱਗ ਜਾਣਗੇ, ਜਾਂ ਵਧੀਆ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ, ਜਾਂ ਵਧੀਆ ਹਸਪਤਾਲ ਕਿਤੇ ਨਾ ਕਿਤੇ ਬਣਾਏ ਹੋਣ, ਜਾਂ ਵਧੀਆ ਸਕੂਲ ਕਾਲਜ ਯੂਨੀਵਰਸਿਟੀਆਂ ਜਾਂ ਇਹ ਚੀਜ਼ਾਂ ਨੂੰ ਪੰਜਾਬ ਦੇ ਲੋਕਾਂ ਨੂੰ ਪ੍ਰੋਵਾਈਡ ਕਰਵਾਈਆਂ ਗਈਆਂ ਹੋਣ ਕਿਸੇ ਵੀ ਪਾਰਟੀ ਵੱਲੋਂ। ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਕਾਂਗਰਸ ਪਾਰਟੀ ਭਾਵੇਂ ਬੀਜੇਪੀ ਪਾਰਟੀ ਹੈ, ਜੇਕਰ ਵਿਕਾਸ ਹੋਇਆ ਤਾਂ ਮੈਂ ਪਹਿਲਾਂ ਵੀ ਇਹ ਗੱਲ ਹਰ ਇੱਕ ਡਿਬੇਟ ਦੇ ਵਿੱਚ ਕਹਿੰਦਾ ਕਿ ਬਾਪੂ ਬਾਦਲ ਦੇ ਟਾਈਮ ਤੇ ਵਿਕਾਸ ਹੋਇਆ, ਅੱਜ ਵੀ ਲੋਕ ਚੇਤੇ ਕਰਦੇ ਬਾਪੂ ਬਾਦਲ ਨੂੰ, ਠੀਕ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਅੱਜ ਚੇਤੇ ਲੋਕ ਕਰ ਰਹੇ ਨੇ ਕਿ ਹਾਂਜੀ ਜੇ ਉਹਨਾਂ ਨੂੰ ਕਿਸੇ ਵੀ ਟਾਈਮ ਦੇ ਉੱਤੇ ਕੋਈ ਬੋਲਣ 'ਚ ਵਿਧਾਨ ਸਭਾ ਦੇ ਵਿੱਚ ਵੀ ਕਿਤੇ ਕਿਸੇ ਨੂੰ ਵਿਰੋਧੀ ਧਿਰ ਨੂੰ ਬੋਲਦੇ ਹੁੰਦੇ ਸੀ, ਇਹ ਗੱਲ ਕਹਿੰਦੇ ਹੁੰਦੇ ਸੀ, ਕਾਕਾ ਕੋਈ ਨਹੀਂ ਬਹਿ ਕੇ ਸੁਣ ਲੈ, ਕਾਕਾ ਬਹਿ ਕੇ ਸੁਣ ਲੈ, ਪਰ ਇਹ ਨਹੀਂ ਸੀ ਹੈਗਾ ਕਿ ਹੁਣ ਤੱਕ ਦੇ ਜਿਹੜੇ ਮਤਲਬ ਕਿੰਨੇ ਵੀ ਲੀਡਰ ਨੇ ਕਿੰਨੇ ਬੁਲਾਰੇ ਨੇ, ਮੈਂ ਵੇਖਦਾ ਕਿ ਬਹੁਤ ਗਲਤ ਮਾੜੀ ਸ਼ਬਦਾਵਲੀ ਇੱਕ ਦੂਜੇ ਨੂੰ ਯੂਜ਼ ਕਰਦੇ ਨੇ, ਵਰਤਦੇ ਨੇ। ਜੀ ਰਾਮੇਲਾ ਸਾਹਿਬ, ਬਿਲਕੁਲ ਬਿਲਕੁਲ, ਇਹ 'ਚ ਕੋਈ ਦੋ ਰਾਵਾਂ ਨਹੀਂ। ਕਾਲੇ ਭਾ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਜਿਸ ਤਰ੍ਹਾਂ ਲਾਡੀ ਭਾ ਨੇ ਦੱਸਿਆ, ਕਿਉਂਕਿ ਕਾਂਗਰਸ ਦੇ ਕੋਲ ਹਜੇ ਐਡੀ ਵੱਡੀ ਪਾਰਟੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪੂਰੇ ਕੈਂਡੀਡੇਟ ਆਪਣੇ ਐਲਾਨ ਨਹੀਂ ਕੀਤੇ, ਤੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ, ਚਲੋ ਮੈਂ ਚੰਨੀ ਦਾ ਵਿਰੋਧ ਨਹੀਂ ਕਰਦਾ, ਚਰਨਜੀਤ ਸਿੰਘ ਚੰਨੀ ਆਇਆ, ਲੇਕਿਨ ਉਦੋਂ ਪਹਿਲਾਂ ਕਿੰਨੀ ਵਾਰੀ ਉਹ MLA ਬਣਿਆ, ਮਿਨਿਸਟਰ ਬਣਿਆ, ਪੰਜਾਬ ਦਾ 3 ਵਾਰੀ ਮੁੱਖ ਸੋਰੀ 3 ਮਹੀਨੇ ਮੁੱਖ ਮੰਤਰੀ ਵੀ ਬਣ ਗਿਆ, ਪਹਿਲੀ ਵਾਰੀ ਦਲਿਤ ਚਿਹਰਾ ਮੁੱਖ ਮੰਤਰੀ ਦੇ ਰੂਪ ਵਿੱਚ ਪੰਜਾਬੀਆਂ ਨੂੰ ਮਿਲਿਆ, ਤੇ ਉਹਨਾਂ ਨੇ ਇੱਕ ਵਾਰੀ ਵੀ ਇਹ ਗੱਲ ਨਹੀਂ ਕਹੀ ਕਿ ਮੇਰੇ ਜੋ ਜਠੇਰੇ ਨੇ, ਸਾਡੇ ਵੱਡੇ ਜੋ ਵੱਡੇ ਬਜ਼ੁਰਗ ਸਨ, ਉਹ ਜਲੰਧਰ ਤੋਂ ਉੱਠ ਕੇ ਗਏ ਹੋਏ ਸਨ, ਜਲੰਧਰ ਜ਼ਿਲ੍ਹੇ 'ਚ ਉੱਠ ਕੇ ਗਏ ਹੋਏ ਸਨ, ਸਾਡੇ ਜਠੇਰੇ ਇੱਥੇ ਆ। ਲੇਕਿਨ ਹੁਣ ਜਦੋਂ ਟਿਕਟ ਮਿਲ ਗਈ ਤੇ ਹੁਣ ਜਠੇਰੇ ਵੀ ਜਲੰਧਰ 'ਚ ਆ ਗਏ, ਹੁਣ ਸਾਰਾ ਕੁਛ ਜਲੰਧਰ 'ਚ ਹੀ ਹੋ ਗਿਆ, ਕੀ ਕਹਿਣਾ ਚਾਹੁੰਦੇ ਕਾਂਗਰਸ ਬਾਰੇ, ਕਿਉਂ ਨਹੀਂ ਕਾਂਗਰਸ ਸਾਰੀਆਂ ਹਜੇਤੀ ਸੀਟਾਂ ਅਨਾਉਂਸ ਕਰ ਸਕੀ? ਮੇਨ ਆਪਣੇ ਬਲਿਹਾਰ ਜੀ ਲਾਡੀ ਭਾਜੀ ਨੇ ਦੱਸਤਾ, ਕਾਂਗਰਸ ਦੇ ਵਿੱਚ ਪੰਜਾਬ ਦੀ ਬਦਕਿਸਮਤੀ ਕਹਿ ਲਓ, ਪੰਜਾਬ ਦੇ ਵਿੱਚ ਜਿੰਨੇ ਕੁ ਕਾਂਗਰਸੀ ਹੈਗੇ ਆ ਉਹਨਾਂ ਦੇ ਵਿੱਚ ਇੰਨੀ ਕੁ ਕਲੇਸ਼ ਹੈਗੀ ਆ ਕਿ ਉਹ ਇਹ ਕਲੇਸ਼ ਉਹਨਾਂ ਦਾ ਘਰ ਚਾਰ ਭਾਈਆਂ ਨੂੰ ਰਲ ਕੇ ਨਹੀਂ ਬੈਠਣ ਦਿੰਦੀ। ਇਹਨਾਂ ਦੇ ਵਿੱਚ ਖਿੱਚੋ ਤਾਣ ਇੰਨੀ ਚੱਲ ਰਹੀ ਆ ਕਿ ਸਾਡੇ ਵੀ ਇੱਕ ਰਿਸ਼ਤੇਦਾਰ ਵੀ ਆ, ਉਹ ਵੀ ਕਾਂਗਰਸੀ ਆ ਕਾਫੀ ਦੇਰ ਤੋਂ, ਤੇ ਉਹ ਮੈਂ ਮੇਰੇ ਨਾਲ ਉਹਨਾਂ ਨਾਲ ਮੈਂ ਗੱਲ ਕਰਦਾ ਸੀ, ਮੈਂ ਕਿਹਾ ਵੀ ਇਹ ਕਾਂਗਰਸ ਦਾ ਕਿੱਦਾਂ ਵੀ ਕੋਈ ਕੁਛ ਹੋ ਸਕਦਾ ਕਿ ਨਹੀਂ ਹੋ ਸਕਦਾ। ਉਹ ਕਹਿੰਦਾ ਵੀ ਕਾਲੇ ਕਹਿੰਦਾ ਇਹ ਕਾਂਗਰਸ ਦਾ ਕੁਛ ਨਹੀਂ ਹੋ ਸਕਦਾ, ਜੇ ਅਸੀਂ ਤੁਰ ਪੈਂਦੇ ਖਹਿਰੇ ਨਾ ਤੇ ਦੂਜੇ ਨਾਰਾਜ਼ ਹੋ ਜਾਂਦੇ ਆ, ਜੇ ਅਸੀਂ ਸਿੱਧੂ ਨਾਲ ਚਲੇ ਜਾਂਦੇ ਹਾਂ ਤੇ ਸਿੱਧੂ ਹੁਣੀ ਉਹ ਦੂਜੀ ਪਾਰਟੀ ਨਾਰਾਜ਼ ਹੋ ਜਾਂਦੀ ਆ, ਇੱਕ ਜਾਣੇ ਦੇ ਨਾਲ ਪੰਜ ਪੰਜ ਸੱਤ ਸੱਤ ਜਾਣੇ ਤੁਰੇ ਫਿਰਦੇ ਆ, ਉਹ ਜਦੋਂ ਇਹ ਚੌਂ ਪੰਜਾਂ ਦੇ ਨਾਲ ਇੱਕ ਨੂੰ ਦੂਜੇ ਨੂੰ ਛੱਡ ਕੇ ਜਾਂਦੇ, ਉਹ ਦੂਜਾ ਉਹਨੂੰ ਫੋਨ ਕਰ ਦਿੰਦਾ ਵੀ ਤੂੰ ਉਹਨਾਂ ਕਿਉਂ ਗਿਆ ਸੀ। ਆਹ ਕਾਂਗਰਸ ਦੇ ਕਾਰਨਾਂ ਕਰਕੇ, ਕਾਂਗਰਸ ਦੇ ਵਿੱਚ ਖਿੱਚੋ ਤਾਣ ਕਰਕੇ, ਨਹੀਂ ਪੈਰਾਂ 'ਤੇ ਖੜੀ ਕਰਕੇ ਸਾਰੇ ਇਹ ਕਾਂਗਰਸ ਤੋਂ ਭੱਜੇ ਆ। ਕੋਈ ਮੇਰਾ ਖਿਆਲ ਹੋਰ ਕਾਰਨ ਨਹੀਂ ਆ ਭੱਜੇ, ਫਿਰ ਜਿਹੜਾ ਬੰਦੇ ਨੂੰ ਨਵੇਂ ਪੁਰਾਣੇ ਬੰਦੇ ਛੱਡ ਕੇ ਆਪਦੇ ਨਵੇਂ ਨੂੰ ਜਦੋਂ ਕਿਸੇ ਨੂੰ ਟਿਕਟ ਦੇ ਦੇਣੀ, ਉਹ ਵਿਰੋਧ ਤਾਂ ਹੋਣਾ ਹੀ ਆ ਪੁਰਾਣੇ ਬੰਦੇ ਨੂੰ। ਆਪਣੇ ਏਰੀਏ ਦੇ ਵਿੱਚ ਲਾਲੀ ਦਾ ਕੀ ਬਣਿਆ ਸੀ ਕਾਂਗਰਸ 'ਚ, ਜਦੋਂ ਇਹ ਤੁਹਾਡਾ ਬਣਦਾ ਇੱਦਾਂ ਵੀ ਕਾਂਗਰਸ ਦੇ ਵਿੱਚ ਕਿਸੇ ਨੂੰ ਉਹਨਾਂ ਨੇ ਰਿਸਪੈਕਟ ਨਹੀਂ ਦੇਣੀ, ਜਿਹੜੇ ਬੰਦੇ ਨੂੰ ਨਵੇਂ ਨੂੰ ਟਿਕਟ ਮਿਲ ਗਈ ਦੂਜੇ ਨੂੰ ਚੱਕ ਕੇ ਭੁੰਜੇ ਬਾਤਾ, ਤੁਸੀਂ ਕਮ ਸੇ ਕਮ ਜੇ ਇਹਨਾਂ ਨੂੰ ਚਲਾਉਣਾ ਕਮ ਸੇ ਕਮ ਸਾਰੇ ਪੁਰਾਣੇ ਬੰਦਿਆਂ ਨੂੰ ਵੀ ਕੋਈ
ਅਹੁਦੇ ਦਿੱਤੇ ਜਾਣ, ਸਾਰਿਆਂ ਨੂੰ ਗਰੁੱਪ ਦੇ ਨਾਲ ਤੋਰਿਆ ਜਾਵੇ। ਹੁਣ ਤਿੰਨ ਚਾਰ ਤਾਂ ਗਰੁੱਪ ਬਣੇ ਫਿਰਦੇ, ਬਾਜਵੇ ਦਾ ਅੱਡ ਗਰੁੱਪ ਹੈ, ਖਹਿਰੇ ਦਾ ਅੱਡ ਗਰੁੱਪ ਹੈ, ਸਿੱਧੂ ਦਾ ਅੱਡ ਗਰੁੱਪ ਹੈ, ਤੇ ਇੰਨੇ ਗਰੁੱਪਾਂ ਦੇ ਨਾਲ ਉਹ ਕਾਂਗਰਸ ਕਰੂਗੀ ਕੀ, ਤੇ ਉਹਨਾਂ ਨਾਲ ਕਿਹੜਾ ਜਾਊਗਾ। ਤੇ ਇਸ ਕਰਕੇ ਇਹਦੀ ਜਿਹੜੀ ਜਿੰਨਾ ਵੀ ਇਹਦਾ ਅਸਰ ਆ ਉਹ ਸਾਰਾ ਪੈਣਾ ਹੈਗਾ ਲੋਕਾਂ ਤੇ। ਲੋਕਾਂ ਦੇ ਕੋਲੇ ਜੇ ਕਾਂਗਰਸ ਜੇ ਪਾਰਟੀਆਂ ਕਮਜ਼ੋਰ ਹੋਣਗੀਆਂ, ਪਾਰਟੀਆਂ ਦਲ ਬਦਲੂ ਹੋਣਗੀਆਂ, ਤੇ ਨੁਕਸਾਨ ਲੋਕਾਂ ਦਾ ਹੋਣਾ। MP ਤੇ ਕਿਸੇ ਨੇ ਬਣ ਹੀ ਜਾਣਾ, ਕੋਈ ਵੀ ਬਣ ਗਿਆ। ਪਰ ਮੈਂ ਕਹਿੰਦਾ ਜੇ ਇਹਨਾਂ MP ਨੂੰ ਜਿਹੜੇ ਦਲ ਬਦਲੂਆਂ ਨੇ ਦਲ ਬਦਲੇ, ਮੈਂ ਫੇਰ ਕਹਿੰਦਾ ਇਹਨਾਂ ਨੂੰ ਕਿਸੇ ਦਾ ਭਾਵੇਂ ਬਹੁਜਨ ਸਮਾਜ ਪਾਰਟੀ ਦਾ ਹੀ ਬੰਦਾ ਜਿਤਾ ਦਿਓ ਜਿਹਨੇ ਨਹੀਂ ਦਲ ਬਦਲਿਆ, ਹੋਰ ਪਾਰਟੀਆਂ ਦੇ ਬੰਦੇ ਜਿਤਾ ਦਿਓ। ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਜਿੰਨੇ ਵੀ ਦਲ ਬਦਲ ਕੇ ਗਏ ਆ। ਇਹਨਾਂ ਲੋਕਾਂ ਨੂੰ ਛਿੱਤਰ ਦਿਖਾਉਣਾ ਚਾਹੀਦਾ, ਜਿੱਦਾਂ ਕਿ BJP ਨੂੰ ਲੋਕੀ ਵਿਰੋਧ ਕਰਦੇ ਪਿੰਡਾਂ ਦੇ ਵਿੱਚ, ਇਸੇ ਤਰ੍ਹਾਂ ਹੀ ਇਹਨਾਂ ਲੋਕਾਂ ਦਾ ਵਿਰੋਧ ਹੋਣਾ ਚਾਹੀਦਾ, ਇਹ ਬਹੁਤ ਜ਼ਰੂਰੀ ਆ ਜੀ। ਬਿਲਕੁਲ ਬਿਲਕੁਲ, ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਜੇ ਪਟਿਆਲਾ ਜਿਹਨੂੰ ਕਾਂਗਰਸ ਦਾ ਜੇ ਮੈਂ ਕਹਾਂ ਗੜ ਮੰਨਿਆ ਜਾਂਦਾ ਸੀ, ਜੇ ਬੀਬੀ ਗਗਨ ਅਨਮੋਲ ਨੇ ਗੱਲ ਕਹੀ ਕਿ ਸੰਗਰੂਰ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੀ ਯੂਨੀਵਰਸਿਟੀ ਆ, ਤੇ ਪਟਿਆਲੇ ਨੂੰ ਕਿਉਂਕਿ ਕੈਪਟਨ ਅਮਰਿੰਦਰ ਸਿੰਘ, ਲਾਲ ਸਿੰਘ, ਬ੍ਰਹਮ ਮਹਿੰਦਰਾ ਜਾਂ ਅਨੇਕਾਂ ਹੋਰ ਬੜੇ ਘਾਗ ਲੀਡਰ ਹੋਏ ਪਟਿਆਲੇ ਚੋਂ, ਲੇਕਿਨ ਹੁਣ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਚੋਂ ਚੱਕ ਕੇ ਉਹਨੂੰ ਗਾਂਧੀ ਨੂੰ ਲਿਆ ਕੇ ਰੱਖਤਾ ਕਿ ਚੱਕ ਤੈਨੂੰ ਟਿਕਟ ਦੇ ਦਿੱਤੀ, ਤਾਂ ਪਟਿਆਲੇ ਦੇ ਵਿੱਚ ਕਿੱਦਾਂ ਨਾ ਵਿਰੋਧ ਹੋਊਗਾ? ਕੀ ਪਟਿਆਲੇ ਦੇ ਲੋਕ ਜਿਹੜੇ ਲੀਡਰ ਉੱਥੇ ਬੈਠੇ ਨੇ ਕਾਂਗਰਸੀ, ਜਿਹਨਾਂ ਨੇ ਪਿੰਡਾਂ ਦੇ ਵਿੱਚ ਵਿਚਰ ਵਿਚਰ ਕੇ ਆਪਣੀ ਜ਼ਿੰਦਗੀ ਦੇ ਇੰਨੇ ਸਾਲ ਗੁਜ਼ਾਰ ਦਿੱਤੇ, ਕੀ ਉਹ ਬਾਹਰੋਂ ਆਏ ਕਿਸੇ ਨੂੰ ਦੂਸਰੀ ਪਾਰਟੀ ਚੋਂ ਇੱਕਦਮ ਉਹਨਾਂ ਦੇ ਸਿਰ ਤੇ ਬੈਠ ਬਿਠਾ ਦੇਣਾ? ਇਹ ਵੀ ਇੱਕ ਨੁਕਸਾਨਦੇਹ ਹੁੰਦਾ ਸਾਰੀਆਂ ਪਾਰਟੀਆਂ ਦੇ ਲਈ। ਸੋ ਜਿਹੜੀ ਰੀਤ ਚੱਲੀ ਸੀ ਕਿ ਇੱਕ ਘਰ ਤੇ ਦੋ ਝੰਡੇ ਚੋਂ ਲੜ ਤੇ ਕੋਈ ਨੁਕਸਾਨ ਨਹੀਂ ਹੁੰਦਾ, ਜੇ ਪਿਓ ਦੇ ਵਿਰੁੱਧ ਪੁੱਤ ਇਲੈਕਸ਼ਨ ਲੜਦਾ ਜਾਂ ਪੁੱਤ ਦੇ ਵਿਰੁੱਧ ਪਿਓ ਇਲੈਕਸ਼ਨ ਲੜਦਾ ਤੇ ਕੋਈ ਨੁਕਸਾਨ ਨਹੀਂ ਜੀ, ਕੋਈ ਨਾ ਕੋਈ ਤਾਂ ਜਿੱਤੂਗਾ ਹੀ, ਸਾਡਾ ਹੀ ਜਿੱਤੂਗਾ। ਜਿਹੜੀ ਇੱਕ ਕੋਠੀ ਤੇ ਦੋ ਝੰਡਿਆਂ ਦੀ ਰੀਤ ਚੱਲੀ ਸੀ ਉਹ ਮਾਝੇ ਚੋਂ ਚੱਲੀ, ਪ੍ਰਤਾਪ ਸਿੰਘ ਬਾਜਵੇ ਹੋਰਾਂ ਦੀ ਆਪਣੇ ਘਰ ਤੋਂ ਚੱਲੀ। ਲੇਕਿਨ ਅੱਜ ਬਾਜਵੇ ਵਰਗੇ ਕਹਿ ਰਹੇ ਨੇ ਕਿ ਜੀ ਅਸੀਂ ਤੇ ਮੈਂ ਤਾਂ ਕਾਂਗਰਸੀ ਹਾਂ, ਅਸੀਂ ਤਾਂ ਰਵਨੀਤ ਬਿੱਟੂ ਨੂੰ ਕੱਢਣਾ ਚਾਹੁੰਦੇ ਸੀ, ਚੰਗਾ ਹੋਇਆ ਚੱਲ ਗਿਆ, ਅਸੀਂ ਤੇ ਮਨਪ੍ਰੀਤ ਨੂੰ ਕੱਢਣਾ ਚਾਹੁੰਦੇ ਸੀ, ਚੰਗਾ ਹੋਇਆ ਚੱਲ ਗਿਆ। ਜਿਹੜਾ ਲੀਡਰ ਛੱਡ ਜਾਂਦਾ ਉਹਨੂੰ ਹੀ ਚੰਗਾ, ਉਹੀ ਚੰਗਾ ਹੁੰਦਾ ਜੀ ਉਹ ਛੱਡ ਗਿਆ, ਵਧੀਆ ਹੋਇਆ, ਅਸੀਂ ਤੇ ਕੱਢਣਾ ਚਾਹੁੰਦੇ ਸੀ। ਜੇ ਪ੍ਰਤਾਪ ਸਿੰਘ ਜੀ ਬਾਜਵਾ ਇੰਨੇ ਹੀ ਪੁੱਛਾਂ ਦਿੰਦੇ ਨੇ ਕਿ ਅਸੀਂ ਫਲਾਨੇ ਨੂੰ ਕੱਢਣਾ ਚਾਹੁੰਦੇ ਸੀ, ਤੇ ਹਜੇ ਤੇ ਸਿੱਧੂ ਬਾਰੇ ਕੁਛ ਨਹੀਂ ਕਿਹਾ, ਹਜੇ ਤੇ ਰਾਜੇ ਵੜਿੰਗ ਬਾਰੇ ਕੁਛ ਨਹੀਂ ਕਿਹਾ, ਸੁਖਜਿੰਦਰ ਸਿੰਘ ਰੰਧਾਵੇ ਬਾਰੇ ਕੁਛ ਨਹੀਂ ਕਿਹਾ, ਜਾਂ ਹੋਰ ਜਿਹੜੇ ਅਨੇਕਾਂ ਲੀਡਰ ਨੇ, ਜਾਂ ਹੁਣ ਪਟਿਆਲੇ 'ਚ ਰੌਲਾ ਪਾ ਕੇ ਬੈਠਾ ਸਰਦਾਰ ਲਾਲ ਸਿੰਘ, ਉਹਨਾਂ ਬਾਰੇ ਕੁਛ ਨਹੀਂ ਕਿਹਾ? ਗਿਆਨੀ ਹਰਦੀਪ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ, ਕਿਉਂਕਿ ਤੁਹਾਡੀ ਬਲਿਹਾਰ ਜੀ ਬਲਿਹਾਰ ਜੀ ਬਲਿਹਾਰ ਜੀ ਇੱਕ ਮਿੰਟ ਮੈਂ ਗਿਆਨੀ ਜੀ ਤੋਂ ਪਹਿਲੋਂ, ਕਾਂਗਰਸ ਦੀ ਏਡੀ ਮਾੜੀ ਕਿਸਮਤ ਆ ਕਿ ਆਪਣਾ ਰਾਜਾ ਵੜਿੰਗ ਉਹਦੀ ਵਾਈਫ ਨੇ ਬਠਿੰਡੇ ਤੋਂ ਲੜਨਾ ਸੀ, ਉਹ ਕਹਿੰਦਾ ਮੈਂ ਚੋਣ ਹੀ ਨਹੀਂ ਲੜਨੀ। ਜਿਹੜਾ ਪਾਰਟੀ ਦਾ ਜਿਹੜਾ ਬੰਦਾ ਪਟਕੇ ਤੇ ਮੋਹਰੇ ਲਾਇਆ ਹੋਵੇ ਪਾਰਟੀ ਨੇ ਸਾਰੀ ਛਿੰਜ ਦੇ ਵਿੱਚ, ਪਟਕੇ ਦਾ ਘੋਲ ਜਿਸ ਬੰਦੇ ਨੇ ਘੋਲਣਾ ਉਹ ਕਹਿੰਦਾ ਮੈਂ ਘੋਲ ਹੀ ਨਹੀਂ ਘੋਲਣਾ, ਤੇ ਉਹ ਕੀ ਕਰੂਗੀ? ਇਦੂ ਮਾੜੀ ਕਿਸਮਤ ਕਾਂਗਰਸ ਦੀ ਹੋਰ ਕੀ ਹੋ ਸਕਦੀ ਹੈ? ਬਿਲਕੁਲ ਹਾਂਜੀ ਗਿਆਨੀ ਹਰਦੀਪ ਸਿੰਘ ਜੀ, ਰਾਮਵਾਲ ਸਾਹਿਬ ਤੁਸੀਂ ਪ੍ਰਤਾਪ ਸਿੰਘ ਬਾਜਵੇ ਦਾ ਜ਼ਿਕਰ ਕੀਤਾ, ਨਾਲ ਉਹਦੇ ਭਰਾ ਤ੍ਰਿਪਤ ਰਜਿੰਦਰ ਬਾਜਵੇ ਦਾ ਜ਼ਿਕਰ ਕੀਤਾ। ਤ੍ਰਿਪਤ ਰਜਿੰਦਰ ਬਾਜਵਾ, ਫਤਿਹ ਜੰਗ ਬਾਜਵਾ, ਪ੍ਰਤਾਪ ਸਿੰਘ ਬਾਜਵਾ, ਇਹਨਾਂ ਦੀ ਮਾਝੇ ਚ ਖਾਸ ਕਰਕੇ ਗੁਰਦਾਸਪੁਰ, ਬਟਾਲਾ, ਪਠਾਨਕੋਟ ਇਸ ਏਰੀਏ ਦੇ ਵਿੱਚ ਬੜਾ ਵੱਡਾ ਹੋਲਡ ਹੈ, ਖਾਸ ਕਰਕੇ ਪ੍ਰਤਾਪ ਸਿੰਘ ਬਾਜਵੇ ਦਾ।
ਔਰ ਬੜੀ ਵੱਡੀ ਕਾਂਗਰਸ ਦੀ ਇੱਥੇ ਇੱਕ ਵੋਟ ਜਿਹੜੀ ਆ ਉਹ ਰਹੀ ਆ, ਬੜੀ ਵੱਡੀ ਵੋਟ ਰਹੀ ਆ। ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਨੇ ਇੰਨਾ ਕੁ ਬੇੜਾ ਗਰਕ ਕਰ ਦਿੱਤਾ ਆ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਹੁਣੀ ਭਾਵੇਂ ਲੱਖ ਵਾਰੀ ਰੌਲਾ ਪਾਲਣ, ਜਿੰਨਾ ਮਰਜ਼ੀ ਰੌਲਾ ਪਾਲਣ, ਇਹਨਾਂ ਨੂੰ ਹੁਣ ਪਿੰਡਾਂ ਦੇ ਵਿੱਚ ਕੋਈ ਨਹੀਂ ਪੁੱਛਦਾ। ਕਦੀ ਸਮਾਂ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਸੈਂਟਰ 'ਚ ਮਿਨਿਸਟਰ ਬਣਿਆ ਸੀ, ਸਾਡੇ ਇਲਾਕੇ ਦੀਆਂ ਲਗਭਗ ਡੇਰਿਆਂ ਨੂੰ, ਛੋਟੇ ਛੋਟੇ ਜਿਹੜੇ ਖੇਤ ਸੀਗੇ ਕਿਸੇ ਦੇ, ਉੱਧਰ ਨੂੰ ਵੀ ਸੜਕਾਂ ਨੇ ਪੱਕੀਆਂ ਕਰਵਾਤੀਆਂ ਸੀ, ਬੜਾ ਕੰਮ ਕਰਵਾਇਆ ਸੀ। ਉਸ ਤੋਂ ਬਾਅਦ ਲਗਾਤਾਰ ਇਹ ਜਿੱਦਾ ਰਿਹਾ, ਲਗਾਤਾਰ ਇਹਨੇ ਇਲਾਕੇ ਦੇ ਵਿੱਚ ਸਰਦਾਰੀ ਪੂਰੀ ਮਾਣੀ ਆ, ਬੜਾ ਇਹਨੇ ਆਪਣਾ ਉੱਥੇ ਪੈਠ ਬਣਾ ਕੇ ਰੱਖੀ ਹੈ। ਪਰ ਅੱਜ ਦੀ ਡੇਟ ਕਾਂਗਰਸ ਦੇ ਆਪਸੀ ਕਾਟੋ ਕਲੇਸ਼, ਤੁਸੀਂ ਸਿੱਧੂ ਦਾ ਜ਼ਿਕਰ ਕੀਤਾ, ਮੈਂ ਕਿਹਾ ਸਿੱਧੂ ਅਜੇ ਕਾਂਗਰਸ ਵਿੱਚ ਹੀ ਆ, ਕਿਸੇ ਨੂੰ ਕੁਛ ਨਹੀਂ, ਪੱਕਾ ਕਾਂਗਰਸ ਹੀ ਆ ਨਾ ਅਜੇ। ਸੋ ਕਹਿ ਇਹਨਾਂ ਦਾ ਤੇ ਇਹੀ ਭਰੋਸਾ ਨਹੀਂ ਆ। ਹੁਣ ਬਾਜਵਾ ਸਾਹਿਬ ਦੇ ਘਰ 'ਚ ਸਭ ਤੋਂ ਪਹਿਲਾਂ ਦੋ ਝੰਡੇ ਝੂਲੇ ਆ, ਪਤਾ ਨਹੀਂ ਤੀਸਰਾ ਕਦੋਂ ਝੂਲ ਜਾਣਾ ਆ, ਇਹ ਕੁਛ ਨਹੀਂ ਪਤਾ ਲੱਗਦਾ ਇਹਨਾਂ ਦਾ। ਕਿਉਂਕਿ ਜਿਹੜਾ ਅੱਜ ਸਿਸਟਮ ਚੱਲਦਾ ਪਿਆ, ਨਾ ਤਾਂ ਇਹ ਖੁੱਲ੍ਹ ਕੇ ਬੋਲ ਰਹੇ ਆ ਵੋਟਾਂ ਬਾਰੇ, ਇਹਨਾਂ ਨੂੰ ਆਪਣੀਆਂ ਸੀਟਾਂ ਦਾ ਨਹੀਂ ਪਤਾ। ਹੁਣ ਬਾਜਵਾ ਸਾਹਿਬ ਆਪਣੇ ਆਪ 'ਚ ਤਾਂ ਐਡੇ ਵੱਡੇ ਲੀਡਰ ਨੇ, ਅਜੇ ਤੱਕ ਇਹ ਨਹੀਂ ਪਤਾ ਵੀ ਇਹਨਾਂ ਨੂੰ ਕੋਈ ਸੀਟ ਮਿਲਣੀ ਵੀ ਆ ਜਾਂ ਨਹੀਂ ਮਿਲਣੀ, ਜਾਂ ਇਹਨਾਂ ਦਾ ਉੱਦਾਂ ਹੀ ਇਹਨਾਂ ਨੇ ਵੀ ਫਿਰ ਦਲ ਬਦਲੂ ਵਾਲੇ ਪਾਸੇ ਹੀ ਜਾਣਾ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਖਾਸ ਕਰਕੇ ਮੈਂ ਆਪਣੇ ਗੁਰਦਾਸਪੁਰ ਏਰੀਏ, ਮਾਝੇ ਏਰੀਏ ਨੂੰ ਕਹਾਂ, ਬੇਨਤੀ ਕਰਾਂ ਭਾਈ ਜੀ ਸੁਣਦੇ ਹੋ ਤੇ ਸਿੱਖ ਚੈਨਲ ਦੇ ਜ਼ਰੀਏ, ਵੋਟ ਕਾਲੇ ਭਾਅ ਦੇ ਕਹਿਣ ਦੇ ਮੁਤਾਬਕ ਕਿ ਉਹ ਤੀਸਰੀ ਚੌਥੀ ਪਾਰਟੀ ਨੂੰ ਭਾਵੇਂ ਪਾ ਦਿਓ ਕਿਸੇ ਨੂੰ, ਪਰ ਇਹਨਾਂ ਨੂੰ ਪਾਉਣ ਤੋਂ ਪਹਿਲਾਂ 100 ਵਾਰੀ ਸੋਚ ਲਿਓ, ਜੇ ਤੇ ਦਲ ਬਦਲੂ ਹੈਗਾ ਤੇ ਫਿਰ ਤੇ ਨਾ ਪਾਇਓ, ਤੇ ਜੇ ਤੁਹਾਡੇ ਏਰੀਆ ਦਾ ਆਪਣੀ ਖੇਤਰੀ ਪਾਰਟੀ ਦਾ ਜੁੜਿਆ ਹੋਇਆ ਜਾਂ ਆਪਣੀ ਪੱਕੀ ਪਾਰਟੀ ਦਾ ਜੁੜਿਆ ਹੋਇਆ ਬੰਦਾ ਹੈਗਾ ਆ, ਤੇ ਫਿਰ ਉਹਨੂੰ ਵੋਟ ਨਿਧੜਕ ਹੋ ਕੇ ਪਾਓ ਤਾਂ ਕਿ ਤੁਹਾਡਾ ਭਲਾ ਕਰ ਸਕੇ। ਔਰ ਸਵਾਲ ਵੀ ਪੁੱਛੋ, ਤੁਹਾਡੇ ਘਰੇ ਆਉਂਦੇ ਆ ਵੋਟ ਮੰਗਣ, ਸਿੱਧਾ ਸਵਾਲ ਪੁੱਛੋ, ਭਾਈ ਪਾਰਟੀ ਤੇ ਨਹੀਂ ਬਦਲੇਗਾ ਜੇ ਹਾਰ ਗਿਆ ਤੇ, ਕਿਉਂਕਿ ਜੇ ਹਾਰ ਗਿਆ ਪਾਰਟੀ ਬਦਲ ਲਈ ਤੇ ਫਿਰ ਤੂੰ ਮੁੜ ਕੇ ਅਗਲੀ ਵਾਰ ਕਿਵੇਂ ਮੂੰਹ ਚੁੱਕ ਕੇ ਆਵੇਂਗਾ। ਸੋ ਇਹ ਬਹੁਤ ਜੀ ਬਾਜਵੇ ਹੁਣਾਂ ਦੀ ਗੱਲ ਇੱਦਾਂ ਆ ਕਿ ਬਾਜਵੇ ਹੁਣਾਂ ਦਾ ਬੜਾ ਟਾਵਰ ਸੀ, ਲੋਕਾਂ ਨੇ, ਵੋਟਰਾਂ ਨੇ ਬਣਾਇਆ, ਉੱਥੇ ਇਲਾਕੇ ਦੀ ਜਨਤਾ ਨੇ ਬਣਾਇਆ, ਪਰ ਇਸ ਟਾਈਮ ਇਹਨਾਂ ਨੇ ਆਪਣਾ ਟਾਵਰ ਗਵਾ ਲਿਆ, ਸਿਰਫ ਇਸ ਕਰਕੇ ਜਿਵੇਂ ਕਾਲੇ ਭਾਅ ਨੇ ਆਖਿਆ ਕਿ ਪਤਾ ਨਹੀਂ ਇਹਨਾਂ ਦਾ ਕਦੋਂ ਇਹਨਾਂ ਨੇ ਕਿਹੜੀ ਪਾਰਟੀ ਨੂੰ ਤੁਰ ਪੈਣਾ ਆ, ਤੇ ਇਹਨਾਂ ਦਾ ਇਹੀ ਨਹੀਂ ਪਤਾ ਕਿ ਅਸੀਂ 5 ਜਣੇ ਕਾਂਗਰਸ ਦੇ ਵੱਖਰੇ, 5 ਜਣੇ ਵੱਖਰੇ, 10 ਜਣੇ ਵੱਖਰੇ। ਜੇ ਕਿਸੇ ਦੀ ਮੀਟਿੰਗ ਚੱਲਦੀ ਪਈ ਉਹ ਕਹਿੰਦਾ ਮੈਂ ਨਹੀਂ ਜਾਣਾ ਜੀ, ਜੇ ਦੂਸਰੇ ਦੀ ਮੀਟਿੰਗ ਚੱਲਦੀ ਪਈ ਉਹ ਕਹਿੰਦਾ ਮੈਂ ਨਹੀਂ ਜਾਣਾ ਜੀ। ਇਹਨਾਂ ਨੂੰ ਲੋਕਾਂ ਦਾ ਕੋਈ ਫਿਕਰ ਨਹੀਂ, ਵੋਟਰਾਂ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ, ਸਿਰਫ ਤੇ ਸਿਰਫ ਆਪਣੀ ਆਕੜ, ਆਪਣੀ ਅਹੰਕਾਰ, ਆਪਣੀ ਹਉਮੈ ਜਿਹੜੀ ਹੈ ਉਹੀ ਪਿਆਰੀ ਹੈ ਇਹਨਾਂ ਨੂੰ ਕਿ ਸਾਡੀ ਪਿੱਠ ਨਾ ਲੱਗ ਜਾਏ ਕਿਤੇ ਲੀਡਰਾਂ ਸਾਹਮਣੇ, ਲੋਕਾਂ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਜੀ। ਸੋ ਲੋਕਾਂ ਨੂੰ, ਜਨਤਾ ਨੂੰ, ਵੋਟਰਾਂ ਨੂੰ ਸੋਚਣਾ ਪਏਗਾ, ਨੌਜਵਾਨ ਵੋਟਰ ਜਿੰਨੇ ਵੀ ਨੇ, ਖਾਸ ਕਰਕੇ ਤੁਹਾਨੂੰ ਅਪੀਲ ਹੈ ਭਾਈ ਆਪਣੀ ਵੋਟ ਦਾ ਇਸਤੇਮਾਲ ਕਰਿਓ ਸਹੀ ਤਰੀਕੇ ਨਾਲ, ਇਹਨਾਂ ਨੂੰ ਇਸ ਵਾਰੀ ਮੂੰਹ ਦਿਖਾਣੀ ਪਵੇ, ਇਹਨਾਂ ਨੂੰ ਪਤਾ ਲੱਗੇ ਕਿ ਕਿਵੇਂ, ਜਿਵੇਂ ਲਾਡੀ ਭਾਅ ਨੇ ਪਹਿਲਾਂ ਆਖਿਆ ਸੀਗਾ ਕਿ ਲੀਡਰਾਂ ਨੇ ਜਾਣਾ, ਹਾਰ ਵੋਟਰਾਂ ਨੇ ਜਾਣਾ, ਕਿਤੇ ਇਹੀ ਗੱਲ ਨਾ ਹੋਵੇ ਕਿ ਤੁਸੀਂ ਹਾਰ ਜਾਓ ਸਾਰੇ ਜਾਣੇ, ਲੀਡਰ ਜਿੱਤ ਕੇ ਆਪਣੇ ਆਪਣੇ ਘਰੋਂ ਆਪਣੀਆਂ ਕੁਰਸੀਆਂ ਤੇ ਬਹਿਣ ਜਾ ਕੇ ਤੇ ਤੁਹਾਡਾ ਸਾਰਿਆਂ ਦਾ ਜਲੂਸ ਨਿਕਲ ਜਾਵੇ। ਲੋਕੀ ਤਾਂ ਲੜਦੇ ਦੇਖੇਗੇ ਇਹਨਾਂ ਦੇ ਪਿੱਛੇ, ਪਰ ਇਸ ਵਾਰੀ ਰਾਮੇਵਾਲ ਸਾਹਿਬ ਲੋਕ ਜਾਗਰਤ ਹੋਣਗੇ, ਬਹੁਤ ਜਾਗਰਤ ਹੋਣਗੇ, ਜਿਵੇਂ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਨਾ ਲੋਕਾਂ ਨੇ ਸਿਰਫ ਬਦਲਾਅ ਦੇ ਨਾਂ ਤੇ ਮੁੜ ਕੇ ਉਹਨਾਂ ਨੇ ਬਦਲੇ ਹੀ ਲਏ। ਸੋ ਇਹ ਲੋਕ ਇਸ ਵਾਰੀ ਹੁਣ ਫਿਰ ਜਾਗਣਗੇ, ਇੱਧਰ ਦੁਆਰੇ ਇਸ ਪਾਸੇ ਆ ਰਿਹਾ, ਦੂਜੀ ਪਾਰਟੀ ਤੇ ਹੁਣ ਆ ਰਿਹਾ ਇਹਨਾਂ ਦੀ ਕਾਂਗਰਸ ਦੀ ਮੌਕੀ ਗੱਲ। ਸੋ ਕਾਂਗਰਸ ਨੇ, ਕਿਉਂਕਿ ਮੈਂ ਕਾਂਗਰਸ ਦਾ ਸਪੋਰਟਰ ਨਹੀਂ, ਲੇਕਿਨ ਜੇ ਭਾਰਤ ਵਿੱਚ ਜੇ ਵਿਰੋਧੀ ਧਿਰ ਤਕੜੀ ਹੋਊਗੀ ਤਦੀ ਸਰਕਾਰ ਨੂੰ ਨੱਥ ਪਾ ਕੇ ਰੱਖੂਗੀ, ਤਦੀ ਸਰਕਾਰ ਦੇ ਨੱਥ ਵਿੱਚ ਦਮ ਕਰਕੇ ਰੱਖੂਗੀ। ਤੁਸੀਂ ਭਾਰਤ ਦਾ ਭਲਾ ਕਰੋ, ਹਰ ਸੂਬੇ ਨੂੰ ਇੱਕ ਆਪਣੀ ਬੋਡੀ ਦੇ ਅੰਗ ਵਾਂਗੂ ਪਿਆਰ ਕਰੋ ਕਿ ਜੇ ਤੁਹਾਡੀ ਕਿਸੇ ਬੋਡੀ ਦੀ ਚੀਚੀ ਵਿੱਚ ਵੀ ਕੋਈ ਕੰਡਾ ਚੁੱਭ ਜਾਵੇ ਤਾਂ ਸਾਰੀ ਬੋਡੀ ਵਿੱਚ ਚੀਸਾਂ ਪੈਂਦੀਆਂ। ਜੇ ਪੰਜਾਬ ਦੇ ਵਿੱਚ ਕੋਈ ਕਾਟੋ ਕਲੇਸ਼ ਹੋਵੇਗਾ ਤੇ ਪੂਰੇ ਭਾਰਤ ਵਿੱਚ ਕਾਟੋ ਕਲੇਸ਼ ਹੋਵੇਗਾ। ਸੋ ਕਾਂਗਰਸ ਤਕੜੀ ਹੋਵੇਗੀ ਤੇ ਵਿਰੋਧੀ ਧਿਰ ਤਕੜੀ ਹੋਵੇਗੀ, ਇਹ ਮੈਂ ਭਾਰਤ ਦੀ ਗੱਲ ਕਰਦਾ। ਕਾਲੇ ਪਾ, ਕਿਉਂਕਿ ਤੁਸੀਂ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਹੋਣਾ ਨਾਲ ਜੁੜੇ ਜੁੜੇ ਹੋਏ ਹੋ,
ਸੋ ਸੰਤ ਬਾਬਾ ਬਲਵੀਰ ਸਿੰਘ ਜੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਰਾਜ ਸਭਾ ਮੈਂਬਰ ਨੇ, ਤੇ ਲੇਕਿਨ ਪਿਛਲੇ 2.5 ਸਾਲ ਤੋਂ ਜੋ ਲੋਕੀ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਸਿਰਫ ਗੱਲਾਂ ਹੀ ਕੀਤੀਆਂ, ਕੀ ਆ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਆਉਣੀਆਂ, ਕੀ ਆਮ ਆਦਮੀ ਪਾਰਟੀ ਕਿੰਨੀਆਂ ਕੁ ਸੀਟਾਂ ਜਿੱਤ ਕੇ ਲਿਜਾਣ ਦੀ ਹਿੰਮਤ ਰੱਖਦੀ ਆ? ਤੁਹਾਡੇ ਹਿਸਾਬ ਨਾਲ ਕੀ ਕੁਛ ਕਰੂਗੀ? ਬਲਿਹਾਰ ਜੀ ਦੇਖੋ, ਹੁਣ ਪਾਰਟੀਆਂ ਦੇ ਤਿੰਨ ਆ, ਬੀਜੇਪੀ ਆ ਤੇ ਅਕਾਲੀਆਂ ਨੇ ਬੰਦੇ ਖੜੇ ਕਰਨੇ ਆ, ਤੇ ਮੇਰੇ ਖਿਆਲ ਨਾਲ ਤੇ ਕੋਈ ਗੈਸ ਲਾਉਣਾ, ਕਿਉਂਕਿ ਇਹਨਾਂ ਦੇ ਵਿੱਚ ਵੀ ਹੁਣ ਅਕਾਲੀ ਪਾਰਟੀ ਦਾ ਇਹਨਾਂ ਨੇ ਬੰਦਾ ਪੱਟਿਆ, ਇਹਨਾਂ ਨੂੰ ਆਪਦੀ ਪਾਰਟੀ ਚੋਂ ਕੋਈ ਬੰਦਾ ਹੀ ਨਹੀਂ ਲੱਭਿਆ। ਬਿਲਕੁਲ ਬਿਲਕੁਲ, ਹਾਲ ਸਾਰਿਆਂ ਦਾ ਉਹ ਹੀ ਨੀਲੇ ਗਿੱਦੜ ਵਾਲਾ ਹੀ ਆ, ਤੇ ਹੁਣ ਲੋਕਾਂ ਦਾ ਦੇਖਿਆ ਜਾਊਗਾ। ਜੇ ਕੋਈ ਆਈਡੀਆ ਲਾਈਏ ਬਈ ਜਿੱਦਾਂ ਅੱਗੇ ਚਲੋ ਮੌਕੇ ਦੀ ਸਰਕਾਰ ਕਰਕੇ ਸੀ ਤੇ ਸੁਸ਼ੀਲ ਰੈਂਕੂ ਜਿੱਤ ਗਿਆ, ਜ਼ੋਰ ਲੱਗਿਆ ਬਥੇਰਾ, ਸਾਰੇ ਲੋਕਾਂ ਨੇ ਇਹ ਕਿਹਾ ਵੀ ਚਲੋ ਆਮ ਪਾਰਟੀ ਦੀ ਸਰਕਾਰ ਆ, ਪਰ ਮੈਨੂੰ ਲੱਗਦਾ ਬਈ ਲੋਕੀ ਇਹ ਗੁੱਸਾ ਜਿਹੜੇ ਦਲ ਬਦਲੂ ਆ ਇਹਨਾਂ ਤੇ ਕੱਢਣਗੇ। ਹੋ ਸਕਦਾ ਬਾਜੀ ਕੋਈ ਹੋਰ ਹੀ ਬੰਦਾ ਵਿੱਚੋਂ ਮਾਰ ਜੇ ਦੂਜੀ ਪਾਰਟੀ ਦਾ, ਮੈਂ ਕਿਸੇ ਗਰੰਟੀ ਨਾਲ ਇਹ ਨਹੀਂ ਕਹਿ ਸਕਦੇ ਆਪਾਂ ਕਿ ਫਲਾਨੀ ਪਾਰਟੀ ਦਾ ਹੀ ਜੇਤੂਗਾ। ਹਾਲ ਕਿਸੇ ਪਾਰਟੀ ਦਾ ਵੀ ਬਲਿਹਾਰ ਜੀ ਕੋਈ ਵਧੀਆ ਨੀ ਗਾ, ਬੈਡ ਹੀ ਆ। ਤੁਹਾਡਾ ਕੀ ਖਿਆਲ? ਹੁਣ ਚੰਨੀ ਭਾਵੇਂ ਮੁੱਖ ਮੰਤਰੀ ਰਿਹਾ 3-4 ਮਹੀਨੇ, ਉਹਨੂੰ ਕਾਂਗਰਸ ਸਾਰੇ ਸਪੋਰਟ ਕਰਨਗੇ, ਉੱਥੋਂ ਉਹਨਾਂ ਨੇ ਦੂਜਿਆਂ ਨੇ ਆਪਣਿਆਂ ਨੇ ਜਲੰਧਰ ਵਾਲਿਆਂ ਨੇ ਉਹ ਪਰਿਵਾਰ ਨੇ ਉਹਨਾਂ ਦਾ ਬਗਾਵਤ ਕਰਨਗੇ ਵਿੱਚੋਂ? ਮਹਾਰਾਜ ਉਹਨੇ ਤਾਂ ਕੀਤੀ ਆ, ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਨੇ ਚੌਧਰੀ ਸਾਹਿਬ ਉਹਨਾਂ ਨੇ, ਹਾਂ ਉਹਦੇ ਮੁੰਡੇ ਨੇ ਜਿਹੜਾ ਉਹਦਾ MLA ਵਿਪ ਹੁੰਦਾ ਉਹ ਤੋਂ ਅਸਤੀਫਾ ਦਿੱਤਾ, ਉਹਨੇ ਲਿਖ ਕੇ ਪੱਤਰ ਭੇਜਿਆ, ਹਾਈਕਮਾਂਡ ਨੂੰ ਚਿੱਠੀ ਲਿਖੀ ਕਿ ਸਾਡਾ ਫਰਜ਼ ਸਾਡਾ ਹੱਕ ਬਣਦਾ ਸੀ, ਸਾਡੇ ਬਜ਼ੁਰਗ ਇੱਥੋਂ ਇਲੈਕਸ਼ਨ ਲੜਦੇ ਰਹੇ, ਜਿੱਤਦੇ ਰਹੇ, ਤੁਹਾਡੀ ਝੋਲੀ 'ਚ ਸੀਟਾਂ ਪਾਉਂਦੇ ਰਹੇ, ਤੇ ਸਾਡਾ ਸਾਨੂੰ ਟਿਕਟ ਦੇਣੀ ਚਾਹੀਦੀ ਤੁਹਾਨੂੰ, ਮੈਂ ਫਲੌਰ ਤੋਂ MLA ਆ, ਇਹ ਉਹਨੇ ਕਿਹਾ। ਮੇਰਾ ਤਾਇਆ ਕਰਤਾਰਪੁਰ ਤੋਂ MLA ਬਣਦਾ ਰਿਹਾ, ਮੇਰਾ ਬਾਪੂ ਜਲੰਧਰ ਦਾ ਮੈਂਬਰ ਪਾਰਲੀਮੈਂਟ ਬਣਦਾ ਰਿਹਾ, ਤੇ ਜੇ ਅਸੀਂ ਸਾਰਾ ਪਰਿਵਾਰ ਇੱਕ ਪਾਸੇ ਲੱਗੇ ਰਹੇ ਹਾਂ, ਤੁਹਾਡੇ ਨਾਲ ਜੁੜੇ ਰਹੇ, ਸਾਨੂੰ ਕਿਉਂ ਅੱਖੋਂ ਪਰੋਖੇ ਕੀਤਾ? ਵਿਰੋਧ ਤੇ ਜ਼ਰੂਰ ਹੋਵੇਗਾ ਲਾਡੀ ਭਾ, ਕਿਉਂਕਿ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਜੇ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਨੇ ਜਦੋਂ ਪਹਿਲਾਂ ਪਾਰਟੀ ਸ਼ੁਰੂ ਕੀਤੀ ਇਹ ਕਿਹਾ ਸੀ ਕਿ ਆਮ ਵਰਕਰ ਨੂੰ, ਆਮ ਜਿਹੜਾ ਪਾਰਟੀ ਨਾਲ ਜੁੜਿਆ ਹੋਊਗਾ, ਪਿਛਲੇ ਦਿਨਾਂ ਤੋਂ ਲੈ ਕੇ ਜਦੋਂ ਪਾਰਟੀ ਹੋਂਦ ਵਿੱਚ ਆਈ ਉਦੋਂ ਤੋਂ ਲੈ ਕੇ, ਪੁਰਾਣੀ ਪਾਰਟੀ ਤੇ ਹੈ ਨਹੀਂ, ਕੋਈ 5-7 ਸਾਲ ਦੀ ਪਾਰਟੀ ਆ, ਲੇਕਿਨ ਅੱਜ ਕੈਂਡੀਡੇਟ ਦੂਸਰੀਆਂ ਪਾਰਟੀਆਂ ਤੋਂ ਚੱਕ ਚੱਕ ਕੇ ਲਿਆ ਕੇ ਤਕੜੇ ਬੰਦਿਆਂ ਨੂੰ ਖੜਾ ਕੀਤਾ ਜਾਂਦਾ, ਇਹਦੇ ਬਾਰੇ ਲਾਡੀ ਭਾ ਤੂੰ ਕੀ ਕਹਿਣਾ ਚਾਹੁੰਦਾ? ਕਿ ਮੈਂ ਪਹਿਲਾਂ ਵੀ ਬਿਲਕੁਲ ਸੁਣ ਰਿਹਾ ਸੀ ਉਦੋਂ ਵੀ, ਮੈਂ ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ ਜਾਂ ਨਹੀਂ ਆ ਰਹੀ ਜੀ? ਹਾਂਜੀ ਹਾਂਜੀ ਹਾਂਜੀ, ਕਹਿ ਰਹੀ ਹਾਂ, ਬੋਲੋ ਬੋਲੋ। ਰਾਮੇਲ ਸਾਹਿਬ, ਮੈਂ ਸਵਾਲ ਤੁਹਾਡਾ ਬਹੁਤ ਵਾਜਬ ਜਿਹਾ ਸਵਾਲ ਆ, ਤੇ ਮੈਂ ਪਹਿਲਾਂ ਵੀ ਤੁਹਾਨੂੰ ਉਂਗਲ ਖੜੀ ਕੀਤੀ ਸੀ ਕਿ ਇਸ ਵਕਤ ਨੇਤਾ ਨੇ ਜਿੱਤ ਜਾਣਾ ਆ ਕਿ ਲੋਕਾਂ ਦੀ ਹਾਰ ਹੋਣੀ ਆ, ਪਰ ਜਦੋਂ ਤੁਸੀਂ ਗੱਲ ਕੀਤੀ ਸੀ ਡਾਕਟਰ ਚਰਨਜੀਤ ਸਿੰਘ ਚੰਨੀ, ਬੜੇ ਪੜ੍ਹੇ ਲਿਖੇ ਸਮਝਦਾਰ ਬੰਦੇ ਆ, ਇਹ ਨਹੀਂ ਗੱਲ ਹੈਗੀ, ਦੋ ਤਕਰੀਬਨ ਉਹਨਾਂ ਨੇ 3 MA ਕੀਤੀਆਂ ਨੇ, MA ਤੋਂ ਬਾਅਦ ਵਿੱਚ ਉਹਨਾਂ ਨੇ PhD ਕੀਤੀ ਆ। ਦੂਜੇ ਨੰਬਰ 'ਤੇ ਮੈਂ ਗੱਲ ਕਰਾਂ, ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ। ਤੀਜੇ ਨੰਬਰ 'ਤੇ ਮੈਂ ਉਹ ਗੱਲ ਕਰਾਂ ਕਿ ਜੇ ਉਹ ਗੱਲ ਕਰਦੇ ਨੇ ਜੀ ਸਾਡੇ ਮੈਨੂੰ ਜਲੰਧਰ ਤੋਂ ਟਿਕਟ ਦਿੱਤੀ ਹੈ, ਜਲੰਧਰ ਤੋਂ ਕਾਂਗਰਸ ਹਾਈਕਮਾਂਡ ਨੇ ਟਿਕਟ ਦਿੱਤੀ, ਵੈਸੇ ਸੰਤੋਖ ਸਿੰਘ ਚੌਧਰੀ ਉਹਨਾਂ ਦੇ ਵੀ ਜਠੇਰੇ ਉੱਥੇ ਹੀ ਆ, ਤੇ ਜੇ ਮੈਂ ਗੱਲ ਕਰਾਂ ਚਰਨਜੀਤ ਸਿੰਘ ਚੰਨੀ ਹੁਣੀ ਕਹਿ ਰਹੇ ਕਿ ਸਾਡੇ ਜਠੇਰੇ ਇੱਥੇ ਆ,
ਵੋਟ ਜਠੇਰਿਆਂ ਦੀ ਨਹੀਂ ਪੈਣੀ ਹੈਗੀ ਜੇ ਤੁਹਾਡੇ ਕਹਿਣ ਮੁਤਾਬਕ ਰਾਮੇਵਾਲ ਸਾਹਿਬ, ਤੁਸੀਂ ਕਹਿੰਦੇ ਵੋਟ ਜਠੇਰਿਆਂ ਨੇ ਨਹੀਂ ਆ ਕੇ ਪਾਉਣੀ ਹੈਗੀ, ਜੇ ਮੈਂ ਕਹਿ ਦਿਆਂ ਕਿ ਸਾਡੀ ਬਰਮਿੰਘਮ ਵਾਲੀ ਭੂਆ ਨੇ ਕਹਿ ਕੇ ਕਹਿ ਦੇਣਾ ਵੀ ਵੋਟ ਤੁਸੀਂ ਪਾ ਦਿਓ, ਬਰਮਿੰਘਮ ਵਾਲੀ ਭੂਆ ਦੇ ਵੀ ਕਹਿਣ ਤੇ ਨਹੀਂ ਪਾਉਣੀ ਹੈਗੀ ਗੱਲ, ਨਾ ਵੋਟ ਜਠੇਰਿਆਂ ਦੀ ਨਾ ਇਹਨਾਂ ਨੇ ਇਲੈਕਸ਼ਨ ਦੀ, ਕਹਾਂ ਮੈਂ ਜਾ ਕੇ ਤਰਵਿੰਦਰਮ ਤੋਂ ਲੜਨੀ ਹੈ ਇਲੈਕਸ਼ਨ, ਜਿੱਥੋਂ ਸੀਟ ਤੇ ਅਨਾਊਂਸ ਕਰ ਦਿੱਤਾ ਕੈਂਡੀਡੇਟ ਇਲੈਕਸ਼ਨ ਉੱਥੋਂ ਲੜਨੀ ਹੈ, ਵੋਟ ਉੱਥੋਂ ਦੇ ਲੋਕਾਂ ਨੇ ਪਾਉਣੀ ਹੈ। ਮੈਂ ਹੁਣ ਵੀ ਕੱਲ ਇਹ ਕਹਿੰਦਾ ਕਿ ਉੱਥੇ ਦੇ ਲੋਕਾਂ ਨੂੰ ਜੇਕਰ ਅਜੇ ਵੀ ਸਮਝ ਨਾ ਆਈ, ਇਦੂ ਗਾਂਹ ਜਾ ਕੇ ਵੀ ਸਮਝ ਨਹੀਂ ਆਉਣੀ ਹੈਗੀ, ਜੇ ਮੈਂ ਹੁਣ ਵੀ ਇਹ ਗੱਲ ਕਹਿੰਦਾ ਜਲੰਧਰ ਦੇ ਲੋਕਾਂ ਨੂੰ ਹੁਣ ਵੀ ਸਮਝ ਨਾ ਆਈ ਨਾ, ਇਦੂ ਗਾਂਹ ਜਾ ਕੇ ਵੀ ਨਹੀਂ ਆਉਣੀ ਹੈਗੀ। ਤੁਹਾਡੀ ਇੱਕ ਵੋਟ ਹੀ ਸੱਤਾ ਨੂੰ ਬਦਲ ਸਕਦੀ ਹੈ, ਆਪਣੀ ਵੋਟ ਦਾ ਇਸਤੇਮਾਲ ਬੜਾ ਸੋਚ ਸਮਝ ਕੇ ਕਰਿਓ। ਦੂਜੇ ਨੰਬਰ 'ਤੇ ਗੱਲ ਕੀਤੀ ਤੁਸੀਂ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦੇ ਵਿੱਚ ਵੇਖੋ ਇਸ ਵਕਤ ਇਹ ਗੱਲ ਹੋਈ ਪਈ ਹੈ ਕਿ ਪਹਿਲਾਂ ਤਾਂ ਪੰਜਾਬ ਦੇ ਜਿਹੜੇ CM ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਐਤਕੀ 13-0 ਨਾਲ ਜਿੱਤਾਂਗੇ। ਵੇਖੋ 13-0 ਨਾਲ ਜਿੱਤਦੇ ਨੇ ਜਾਂ 0-13 ਨਾਲ ਜਿੱਤਦੇ ਨੇ, ਕਿੰਨਿਆਂ ਜੀ ਨਾਲ ਜਿੱਤਦੇ ਨੇ ਇਹ ਸਮਾਂ ਦੱਸੇਗਾ। ਵੈਸੇ ਲੋਕਾਂ ਦੇ ਵਿੱਚ ਹਰ ਇੱਕ ਪਾਰਟੀ ਜਿਹੜੀ ਹੈ, ਵੱਖੋ ਵੱਖਰੀਆਂ ਪਾਰਟੀਆਂ ਦੇ ਲੀਡਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਉਹ ਇਸ ਵਕਤ ਜਾ ਰਹੇ ਨੇ, ਭਾਵੇਂ ਉਹ ਦਲ ਬਦਲੂ ਨੇ ਭਾਵੇਂ ਜਿਵੇਂ ਮਰਜ਼ੀ ਨੇ, ਲੋਕਾਂ ਦੇ ਵਿੱਚ ਜਾ ਰਹੇ ਨੇ। ਕਾਂਗਰਸ ਪਾਰਟੀ ਦੇ ਕੋਲ ਵੀ ਉਮੀਦਵਾਰ ਆਪਣੇ ਉਹਨਾਂ ਨੇ ਉਤਾਰੇ ਹੋਏ ਨੇ ਚੋਣ ਮੈਦਾਨ ਦੇ ਵਿੱਚ, ਆਮ ਆਦਮੀ ਪਾਰਟੀ ਨੇ ਵੀ ਭਾਵੇਂ ਕਾਂਗਰਸ ਪਾਰਟੀ ਤੋਂ ਉਹਨਾਂ ਦੇ ਵਿੱਚ ਜੰਪ ਮਾਰ ਕੇ ਆਏ, ਹੁਣ ਉਹ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹੋਏ ਨੇ। ਕਈ ਆਮ ਘਰਾਂ ਦੇ ਕਾਕੇ ਸੀ ਜਿਹੜੇ ਇਹ ਗੱਲ ਕਹਿ ਰਹੇ ਸੀ ਪਹਿਲਾਂ ਜੀ ਆਮ ਆਦਮੀ ਪਾਰਟੀ ਹੈ, ਪਰ ਹੁਣ ਆਮ ਆਦਮੀ ਪਾਰਟੀ ਮੈਨੂੰ ਲੱਗਦੀ ਨਹੀਂ ਆਮ ਆਦਮੀ ਦਾ ਕੋਈ ਖਾਸ ਬਣਦੀ ਜਾਂਦੀ ਹੈ ਜੀ। ਇਹ ਮੈਂ ਤੁਹਾਨੂੰ ਕਹਿ ਰਿਹਾ ਕਿ ਜਲੰਧਰ ਤੋਂ ਵੀ ਪਹਿਲਾਂ ਜੇ ਸੁਸ਼ੀਲ ਕੁਮਾਰ ਰਿੰਗ ਤੀਜੀ ਵਾਰੀ ਟਰਨ ਲੈ ਗਏ ਨੇ ਕਿ ਪਤਾ ਨਹੀਂ ਹੁਣ ਅਗਲੀ ਵਾਰ ਹੁਣ ਉਹਨਾਂ ਨੇ ਇਲੈਕਸ਼ਨ ਕਿਹੜੀ ਜਗ੍ਹਾ ਤੋਂ ਲੜਨੀ ਹੈ, ਜਾਂ ਸੀਟ ਬਦਲਣਗੇ ਜਾਂ ਫਿਰ ਪਾਰਟੀ ਬਦਲਣਗੇ। ਇਸ ਕਰਕੇ ਹੁਣ ਵੀ ਤੁਹਾਨੂੰ ਕਹਿੰਦਾ ਕਿ ਲੀਡਰਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਨੇ, ਜੰਪ ਮਾਰਨ ਲੱਗਿਆਂ ਉਹ ਇਹ ਨਹੀਂ ਸੋਚਦੇ ਹੈਗੇ ਕਿ ਅਸੀਂ ਅਸੀਂ ਕਿਹੜੀ ਪਾਰਟੀ ਦੇ ਵਿੱਚ ਆ, ਕਿਹੜੀ ਚ ਨਹੀਂ ਹੈਗੇ ਜੀ। ਬਿਲਕੁਲ ਬਿਲਕੁਲ ਲਾਡੀ ਭਾ, ਮੈਂ ਰਿਣੀ ਆ ਕਿਉਂਕਿ ਆਪਾਂ ਸਮੇਂ ਦਾ ਵੀ ਖਿਆਲ ਰੱਖਣਾ ਤੇ ਇਹ ਜੀ ਪਾਰਟੀਆਂ ਹੋਰ ਵੀ ਰਹਿਣੀਆਂ। ਸੋ ਗਿਆਨੀ ਹਰਦੀਪ ਸਿੰਘ ਜੀ, ਕਿਉਂਕਿ ਆਪਾਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ, ਗੱਲ ਕਰ ਲਈ ਕਾਂਗਰਸ ਪਾਰਟੀ ਦੀ, ਅੱਜ ਜੇ ਬੀਜੇਪੀ ਦੀ ਗੱਲ ਕਰਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਉਹਨਾਂ ਦਾ ਪਿੰਡਾਂ ਵਿੱਚ ਜਦੋਂ ਜਾਂਦੇ ਨੇ, ਪ੍ਰਨੀਤ ਕੌਰ ਜਿਹੜੀ ਆਪਣੇ ਹਲਕੇ ਖਾਸ ਕਰ ਪਟਿਆਲੇ ਵਿੱਚ ਆਪਣਾ ਬੜਾ ਹੋਲਡ ਰੱਖਦੇ ਨੇ, ਰਾਜਾ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਤਕੜੇ ਬੰਦੇ ਨੇ, ਉਹਨਾਂ ਨੇ ਅਨੇਕਾਂ ਗਰੀਬਾਂ ਦੀਆਂ ਮਦਦਾਂ ਕੀਤੀਆਂ ਨੇ, ਅਨੇਕਾਂ ਰੋਡਾਂ ਉੱਥੇ ਬਣਾਈਆਂ ਨੇ, ਅਨੇਕਾਂ ਸਕੂਲ ਬਣਾਏ ਹੋਣਗੇ, ਅਨੇਕਾਂ ਕੰਮ ਕੀਤੇ ਹੋਣਗੇ, ਲੇਕਿਨ ਅੱਜ ਉਹਨਾਂ ਦਾ ਵੀ ਵਿਰੋਧ ਹੁੰਦਾ ਪਿੰਡਾਂ ਦੇ ਵਿੱਚ ਜਾ ਕੇ। ਮੈਂ ਇਸ ਕਰਕੇ ਨਹੀਂ ਕਹਿਣ ਲੱਗਾ ਕਿ ਮੈਂ ਅਕਾਲੀ ਹਾਂ, ਲੇਕਿਨ ਅਕਾਲੀ ਪਾਰਟੀ ਅਕਾਲੀ ਦਲ ਹੀ ਇਹ ਜਿਹਾ, ਭਾਵਾਂ ਉਹ ਸੱਤਾ ਤੋਂ 3 ਸੀਟਾਂ ਤੇ ਆ ਗਈ, ਲੇਕਿਨ ਫਿਰ ਵੀ ਰਹੀ ਪਿੰਡਾਂ ਦੇ ਲੋਕਾਂ ਦੇ ਨਾਲ ਵਿਚਰ ਕੇ। ਕੀ ਅਕਾਲੀ ਦਲ ਭਾਵੇਂ ਉਹਨਾਂ ਚੋਂ ਵੱਡੇ ਵੱਡੇ ਲੀਡਰ ਛੱਡ ਕੇ ਚਲ ਗਏ, ਵਾਪਸ ਆ ਗਏ, ਤੇ ਹੁਣ ਸਿਕੰਦਰ ਮਲੂਕੇ ਦਾ ਅੱਧਾ ਪਰਿਵਾਰ ਛੱਡ ਕੇ ਚਲ ਗਿਆ, ਅੱਧਾ ਪਰਿਵਾਰ ਅਕਾਲੀ ਦਲ ਚ ਬੈਠਾ। ਜੇ ਪਵਨ ਕੁਮਾਰ ਟੀਨੂ ਦੀ ਗੱਲ ਕੀਤੀ ਜਾਵੇ, ਉਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਚਲ ਗਿਆ। ਕੀ ਅਕਾਲੀ ਦਲ ਆਪਣਾ ਜੋ ਆਧਾਰ ਉਹਨਾਂ ਦਾ ਗਵਾਚ ਚੁੱਕਾ, ਲੋਕਾਂ ਚ ਵਿਕਾਰ ਆਪਣਾ ਬਣਾ ਸਕੇਗਾ ਕਿ ਨਹੀਂ? ਗਿਆਨੀ ਹਰਦੀਪ ਸਿੰਘ ਜੀ, ਰਾਮਵਾਲ ਸਾਹਿਬ ਬਿਲਕੁਲ ਬਹੁਤ ਤੁਸੀਂ ਵਧੀਆ ਸਵਾਲ ਪੁੱਛਿਆ ਆ, ਕਿਉਂਕਿ ਅਕਾਲੀ ਦਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਸਾਨੂੰ ਗੱਲ ਨਾਲ ਪੰਜਾਬ ਦੀ ਵੀ ਕਰਨੀ ਪੈਂਦੀ ਆ, ਸ਼੍ਰੋਮਣੀ ਕਮੇਟੀ ਦੀ ਵੀ ਕਰਨੀ ਪੈਂਦੀ ਆ, ਫਿਰ ਪੰਜਾਬ ਦੀ ਪੰਜਾਬੀਅਤ ਦੀ ਵੀ ਕਰਨੀ ਪੈਂਦੀ ਹੈ, ਕਿਉਂਕਿ ਗੱਲ ਪੰਜਾਬ ਦੀ ਪ੍ਰੋਗਰਾਮ ਹੈ ਤੁਹਾਡਾ। ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਪੰਜਾਬ ਦੀ ਉਹ ਪਾਰਟੀ ਹੈ ਜਿਹੜੀ ਪੰਜਾਬ ਦੇ ਖੂਨ ਵਿੱਚੋਂ ਪੈਦਾ ਹੋਈ ਸੀ, ਫਿਰ ਜਿਹੜੀ ਪੰਜਾਬ ਦੀ ਆਪਣੀ ਪਾਰਟੀ ਹੈ, ਖੂਨ 'ਚੋਂ ਪੈਦਾ ਹੋਈ ਪਾਰਟੀ ਹੈ, ਸਾਡੇ ਵੱਡਿਆਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ, ਜਿਹਦੀ ਜਿਹੜੀ ਪਾਰਟੀ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸ਼ੀਰਵਾਦ ਵੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਇਸ ਪਾਰਟੀ ਨਾਲ ਜੁੜੀ ਹੋਈ ਹੈ, ਇਸ ਪਾਰਟੀ ਨੇ ਸ਼੍ਰੋਮਣੀ ਕਮੇਟੀ ਨੇ ਇਸ ਪਾਰਟੀ ਨੂੰ ਬਣਾਇਆ, ਜਾਂ ਜਿੱਦਾਂ ਵੀ ਜੋ ਵੀ ਸਮਾਂ ਵਰਤਿਆ।
ਇਸ ਪਾਰਟੀ ਨੇ ਆਪਣਾ ਇੱਕ ਵਾਰੀ ਰੁਤਬਾ ਗਵਾ ਲਿਆ, ਅਸੀਂ ਸਾਰੇ ਜਾਣਦੇ ਹਾਂ ਕਿ ਰੁਤਬਾ ਗਵਾਇਆ ਪਾਰਟੀ ਨੇ। ਚਾਹੇ ਉਹ ਇਸ ਤਰ੍ਹਾਂ ਗਵਾ ਲਿਆ ਕਿ ਲੋਕਾਂ ਨੇ ਸੋਚ ਲਿਆ ਕਿ ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣੀ, ਅਸੀਂ ਇੱਕ ਵਾਰੀ ਬਦਲਾਅ ਨੂੰ ਵੋਟ ਪਾ ਕੇ ਦੇਖਣੀ ਹੈ। ਚਾਹੇ ਉਹ ਇਸ ਤਰ੍ਹਾਂ ਗਵਾਇਆ, ਚਾਹੇ ਉਹ ਕਿਸੇ ਤਰੀਕੇ ਨਾਲ ਗਵਾਇਆ ਕਿ ਲੋਕਾਂ ਨੂੰ ਇਹਨਾਂ ਨੇਤਾਵਾਂ ਦੇ ਉੱਤੇ ਭਰੋਸਾ ਨਹੀਂ ਰਿਹਾ, ਪਰ ਅੱਜ ਦੀ ਡੇਟ ਤੇ ਲੋਕ ਇਹ ਗੱਲ ਸੋਚਣ ਨੂੰ ਮਜਬੂਰ ਹੋ ਗਏ ਆ ਕਿ ਅਸੀਂ ਅਕਾਲੀ ਦਲ ਨੂੰ ਵੋਟ ਇਸ ਕਰਕੇ ਨਹੀਂ ਸੀ ਪਾਈ ਕਿ ਸ਼ਾਇਦ ਕੁਝ ਬਦਲਾਅ ਹੋ ਜਾਵੇ। ਲੋਕ ਇਹ ਕਹਿੰਦੇ ਸੁਣੇ ਗਏ ਆ ਸੁਖਬੀਰ ਸਿੰਘ ਬਾਦਲ ਨੂੰ, ਔਰ ਮੈਂ ਹੁਣ ਵੀ ਸੁਣਦਾ ਸੀ, ਛੋਟੇ ਛੋਟੇ ਬੱਚੇ ਵੀ ਸੁਣੇ ਕਹਿੰਦੇ ਸੁਣੇ ਗਏ ਆ, ਕਿਉਂਕਿ ਲੋਕਾਂ ਨੂੰ ਹੁਣ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਬਦਲਾਅ ਤੇ ਕੁਝ ਹੋਇਆ ਨਹੀਂ, ਬਦਲਾਖੋਰੀ ਹੋਈ, ਤੇ ਫਿਰ ਉਸ ਪਾਰਟੀ ਨੂੰ ਕਿਉਂ ਨਾ ਵੋਟ ਪਾਈਏ ਜਿਸ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਇਹਨਾਂ ਨੇ ਵਧੀਆ ਪ੍ਰੋਜੈਕਟ ਜਿਹੜੇ ਪੰਜਾਬ ਨੂੰ ਮਿਲੇ। ਪੰਜਾਬ ਦੇ ਵਿੱਚ ਇਸ ਟਾਈਮ ਸੁਖਬੀਰ ਸਿੰਘ ਬਾਦਲ ਹੁਣੀ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਕੱਢ ਰਹੇ ਆ, ਉਹਦੇ ਅਧੀਨ, ਉਸ ਏਜੰਡੇ ਦੇ ਅਧੀਨ ਚੱਲਦੇ ਪਏ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਨ ਵਾਸਤੇ। ਸੁਖਬੀਰ ਸਿੰਘ ਬਾਦਲ ਲਈ ਇਹ ਰਾਹ ਬਹੁਤ ਸੌਖਾ ਰਹਿਣ ਵਾਲਾ ਨਹੀਂ ਆ, ਕਿਉਂਕਿ ਜਿੰਨਾ ਕੁ ਰੁਤਬਾ ਅਕਾਲੀ ਦਲ ਨੇ ਆਪਣਾ ਗਵਾ ਲਿਆ ਉਹਨੂੰ ਬਣਾਉਣ ਵਾਸਤੇ ਹੁਣ ਉਹ ਤੋਂ ਡਬਲ ਟ੍ਰਿਪਲ ਜ਼ਿਆਦਾ ਮਿਹਨਤ ਕਰਨੀ ਪੈਣੀ, ਔਰ ਉਹ ਕਰਦੇ ਪਏ ਨੇ। ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਹੁਣ ਸੋਚਣਾ ਪਏਗਾ, ਪਿੰਡਾਂ ਜਦੋਂ ਜਾਂਦੇ ਆ ਪਿੰਡਾਂ ਦੇ ਲੋਕ, ਕਿਉਂਕਿ ਸ਼ਹਿਰੀ ਵੋਟ ਜਿਹੜੀ ਆ ਪੰਜਾਬ ਦੇ ਸ਼ਹਿਰੀ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਾ ਕੇ ਅਜੇ ਅਕਾਲੀ ਦਲ ਨਾਲ ਟੁੱਟੇ ਹੋਏ ਆ, ਪਿੰਡਾਂ ਦੇ ਵਿੱਚ ਦੁਬਾਰਾ ਲੋਕਾਂ ਨੇ ਅਕਾਲੀ ਦਲ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਤੱਕੜੀ, ਜਿਵੇਂ ਪੁਰਾਣੀਆਂ ਮਾਈਆਂ ਕਹਿੰਦੀਆਂ ਹੁੰਦੀਆਂ ਸੀ, ਮੈਂ ਤਾਂ ਤੱਕੜੀ ਨੂੰ ਪਾਉਣੀਆਂ ਵੋਟ, ਹੁਣ ਮਾਈਆਂ ਪੁਰਾਣੀਆਂ ਦੁਬਾਰਾ ਫਿਰ ਜਾਂ ਨੌਜਵਾਨ ਵੀ ਕਹਿਣ ਲੱਗ ਪਿਆ ਕਿ ਨਹੀਂ ਅਕਾਲੀ ਦਲ ਨੂੰ ਵੋਟ ਪਾਉਣੀ ਆ, ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਆ, ਭਲਾ ਵੀ ਕਰੇਗੀ। ਔਰ ਵੈਸੇ ਵੀ ਜੇ ਸੋਚਿਆ ਜਾਵੇ ਤੇ ਹੁਣ ਵੇਖ ਤਾਂ ਲਿਆ ਸਾਰਿਆਂ ਨੇ, ਬਦਲਾਅ ਕਰਕੇ ਵੀ ਦੇਖ ਲਿਆ, ਕਾਂਗਰਸ ਤਾਂ ਪੰਜਾਬ ਦੀ ਕਦੀ ਬਣੀ ਨਹੀਂ ਤੇ ਨਾ ਉਹਨੇ ਬਣਨਾ। ਆ ਕੇ ਰਹੀ ਬੀਜੇਪੀ, ਜਿਹਨੂੰ ਹੁਣ ਕਹਿ ਰਹੇ ਨੇ ਕਿ ਦੂਜੇ ਨੰਬਰ ਦੀ ਪਾਰਟੀ ਹੋ ਗਈ ਪੰਜਾਬ ਦੇ ਵਿੱਚ, ਪਤਾ ਨਹੀਂ ਇਹ ਤਾਂ ਵੋਟਾਂ ਦੱਸਣਗੀਆਂ, ਤੇ ਬੀਜੇਪੀ ਨੇ ਅੱਜ ਤੱਕ ਪੰਜਾਬ ਦਾ ਕਦੀ ਭਲਾ ਨਹੀਂ ਕੀਤਾ, ਭਾਵੇਂ ਉਹ ਅਕਾਲੀ ਦਲ ਦੇ ਨਾਲ ਰਿਲਾਇੰਸ 'ਚ ਵੀ ਰਹੀ ਆ, ਅਲਾਇੰਸ 'ਚ ਵੀ ਰਹੀ ਆ, ਅਕਾਲੀ ਦਲ ਹੀ ਲੈ ਕੇ ਬੀਜੇਪੀ ਨੂੰ ਅੱਗੇ ਤੁਰਦਾ ਰਿਹਾ ਆ, ਨਾਲ ਤੁਰਦਾ ਰਿਹਾ, ਤਾਂ ਹੀ ਬੀਜੇਪੀ ਦਾ ਥੋੜ੍ਹਾ ਬਹੁਤਾ ਰੁਤਬਾ ਪੰਜਾਬ 'ਚ ਬਣਿਆ, ਨਹੀਂ ਤੇ ਬੀਜੇਪੀ ਨੂੰ ਕਿਸੇ ਨੇ ਜਾਣਨਾ ਨਹੀਂ ਸੀ ਪੰਜਾਬ 'ਚ। ਰਹੀ ਗੱਲ ਹੁਣ ਆਮ ਆਦਮੀ ਪਾਰਟੀ ਦੀ, ਉਹਨੇ ਤੇ ਪੰਜਾਬ 'ਚ 2.5 ਸਾਲਾਂ ਤਿੰਨਾਂ ਦੇ ਵਿੱਚ ਦੇਖ ਹੀ ਲਿਆ ਕਿੰਨਾ ਕੁਛ ਕਰਨਾ ਸੀ ਤੇ ਕਿੰਨਾ ਕੁਛ ਕੀਤਾ। ਅਕਾਲੀ ਦਲ ਨੂੰ ਲੋਕਾਂ ਨੇ ਤਾਂ ਵੋਟ ਪਾਉਣੀ ਚਾਹੀਦੀ ਆ, ਕਿਉਂਕਿ ਤੁਹਾਡੀ ਆਪਣੀ ਪਾਰਟੀ ਆ, ਖੇਤਰੀ ਪਾਰਟੀ ਆ, ਤੁਸੀਂ ਪਹਿਲਾਂ ਵੀ ਦੇਖਿਆ ਤੇ ਹੁਣ ਵੀ ਦੇਖ ਰਹੇ ਹੋ ਕਿ ਹੁਣ ਉਹਨਾਂ ਪਾਰਟੀਆਂ ਨੇ ਕੀ ਕੀਤਾ, ਔਰ ਪਹਿਲਾਂ ਜੋ ਕੰਮ ਹੋ ਚੁੱਕੇ ਆ ਪੰਜਾਬ ਦੇ ਵਿੱਚ ਉਹ ਕਿਹੜੀ ਪਾਰਟੀ ਨੇ ਕੀਤੇ, ਇਹ ਜ਼ਰੂਰੀ ਆ। ਸੋ ਥੋੜ੍ਹਾ ਬਹੁਤਾ ਰੁਤਬਾ ਜਿਹੜਾ ਉਹ ਕਾਇਮ ਹੋ ਗਿਆ ਆ, ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਬਹੁਤ ਮਿਹਨਤ ਕਰਨੀ ਪਏਗੀ, ਲੋਕਾਂ ਦੇ ਨਾਲ ਹੋਰ ਜੁੜਨਾ ਪਏਗਾ, ਜਿਹੜੀਆਂ ਖਾਮੀਆਂ ਇਹਨਾਂ ਦੇ ਅੰਦਰ ਹੈਗੀਆਂ ਨੇ ਉਹ ਖਾਮੀਆਂ ਨੂੰ ਦੂਰ ਕਰਨਾ ਪਏਗਾ, ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਚੱਲਣਾ ਪਏਗਾ, ਜ਼ਰੂਰ ਹੋਏਗਾ ਕਾਮਯਾਬ ਇੱਕ ਦਿਨ, ਪਤਾ ਲੱਗੂਗਾ ਆਉਣ ਵਾਲੇ ਟਾਈਮ 'ਚ। ਹਾਂਜੀ ਬਿਲਕੁਲ ਬਿਲਕੁਲ ਬਾਬਾ ਜੀ, ਇੱਥੇ ਕੋਈ ਦੋ ਰਾਵਾਂ ਨਹੀਂ, ਮੈਂ ਕਿਉਂਕਿ ਇਸ ਕਰਕੇ ਨਹੀਂ ਮੈਂ ਕਹਿਣ ਲੱਗਾ ਕਿ ਲੋਕੀ ਕਹਿਣਗੇ ਯਾਰ ਉਦੋਂ ਤਾਂ ਅਕਾਲੀ ਦਲ ਦਾ ਲੀਡਰ ਬਣਿਆ ਫਿਰਦਾ ਤੇ ਅਕਾਲੀ ਦਲ ਦੇ ਵਿਰੋਧ 'ਚ ਹੀ ਗੱਲ ਕਰਦਾ। ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਗੱਲ ਦਾ ਮੁੱਦਾ ਚੱਕਿਆ, ਅਕਾਲੀ ਦਲ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਦੇ ਸਿੰਘਾਂ ਦਾ, ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੱਕਿਆ, ਉਹਨਾਂ ਦੇ ਕੇਸ ਲੜਦੇ ਨੇ, ਪੈਰਵਾਈ ਕਰਦੇ ਨੇ, ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਸਾਰਿਆਂ ਦੇ ਖਰਚ ਹੁਣ ਤੱਕ ਕਰਦੀ ਆਈ ਆ। ਕਈ ਲੋਕ ਕਹਿ ਦਿੰਦੇ ਆ ਕਿ ਜੀ ਉਹਨਾਂ ਨੇ ਕਿਸੇ ਦੇ ਵਕੀਲ ਹੀ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਲੇਕਿਨ ਜੇ ਤੁਸੀਂ ਪੜਚੋਲ ਵਿੱਚ ਜਾਓਗੇ ਤੇ ਜਿੰਨੇ ਹੁਣ ਤੱਕ ਸੰਘਰਸ਼ ਦੇ ਨਾਲ ਜੁੜੇ ਹੋਏ ਜੁਝਾਰੂ ਸਿੰਘ ਸਨ ਜਾਂ ਜਿਹਨਾਂ ਦੇ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਜੇਲ੍ਹਾਂ ਵਿੱਚ ਸੀ, ਜਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦੇ ਸਾਥੀਆਂ ਦੇ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜ ਰਹੀ ਆ, ਲੇਕਿਨ ਕਿਤੇ ਨਾ ਕਿਤੇ ਜਿਹੜੇ ਸ਼ਹਿਰੀ ਵੋਟ ਇਹਨਾਂ ਤੋਂ ਪਰੇ ਨੂੰ ਜਾ ਰਹੇ ਆ, ਉਹ ਇਸ ਕਰਕੇ ਵੀ ਜਾ ਰਹੇ ਨੇ ਕਿਉਂਕਿ ਇਹ ਉਹ ਕਹਿੰਦੇ ਨੇ ਇਹ ਪਾਰਟੀ ਮੁੜ ਆਪਣੇ ਮੁੜ ਕੇ ਆਪਣੇ ਆਪਣਿਆਂ ਦਾ ਜਿੱਦਾਂ ਅੰਨੀ ਵੱਡੇ ਰੇੜੀਆਂ ਮੁੜ ਮੁੜ ਆਪਣਿਆਂ ਨੂੰ ਇਹ ਮੁੜ ਕੇ ਫਿਰ ਆਪਣੇ ਸਿੰਘਾਂ ਦੁਆਲੇ ਹੋ ਗਈ, ਆਪਣਿਆਂ ਦੀ ਹੋ ਗਈ, ਲੇਕਿਨ ਜੇ ਬੰਦੀ ਸਿੰਘਾਂ ਦੀ ਗੱਲ ਅਕਾਲੀ ਦਲ ਨਹੀਂ ਕਰੂਗਾ, ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਅਕਾਲੀ ਦਲ ਨਹੀਂ ਕਰੂਗਾ,
ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹੋਰ ਕੋਈ ਨਹੀਂ ਕਰੇਗਾ, ਕਿਉਂਕਿ ਮੈਂ ਅੱਗੇ ਵੀ ਅਨੇਕਾਂ ਵਾਰੀ ਕਹਿ ਚੁੱਕਿਆ, ਚਾਹੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਾਹਲਾ ਸਮਾਂ ਰਹੀ, ਲੇਕਿਨ ਪਿਛਲੇ 10 ਸਾਲ ਤੋਂ ਬੀਜੇਪੀ ਦੀ ਸਰਕਾਰ ਚੱਲ ਰਹੀ ਆ। ਇਹਨਾਂ ਦੋਨਾਂ ਪਾਰਟੀਆਂ ਦਾ ਇੱਕ ਏਜੰਡਾ ਰਿਹਾ, ਚਾਹੇ ਉਹ ਪੰਜਾਬ ਹੋਵੇ, ਚਾਹੇ ਉਹ ਮਹਾਰਾਸ਼ਟਰ ਹੋਵੇ, ਚਾਹੇ ਉਹ ਬਿਹਾਰ ਹੋਵੇ, ਚਾਹੇ ਉਹ ਉੱਤਰ ਪ੍ਰਦੇਸ਼ ਹੋਵੇ ਜਾਂ ਹੋਰ ਕੋਈ ਸੂਬਾ ਹੋਵੇ, ਜਿੱਥੇ ਖੇਤਰੀ ਪਾਰਟੀਆਂ ਪਹਿਲ ਦੇ ਆਧਾਰ ਤੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਸੀ, ਇਹਨਾਂ ਨੇ ਜੋੜ ਤੋੜ ਕਰਕੇ, ਭੰਨ ਤੋੜ ਕਰਕੇ, ਕਿਸੇ ਲੀਡਰ ਨੂੰ ਫੜ ਕੇ, ਜੋ ਵੀ ਮਰਜ਼ੀ ਕਰਕੇ ਉਹ ਖੇਤਰੀ ਪਾਰਟੀਆਂ ਦਾ ਇੰਨਾ ਕੁ ਨੁਕਸਾਨ ਕਰਤਾ ਕਿ ਉੱਥੇ ਜੇ ਆਪਾਂ ਕਹੀਏ ਕਿ ਅਫਗਾਨਿਸਤਾਨ 'ਚ ਅੱਜ ਵੀ ਜੇ ਬੱਚਾ ਰੋਂਦਾ ਤੇ ਉਹਨਾਂ ਦੀ ਮਾਤਾ ਕਹਿ ਦਿੰਦੀ ਕਿ ਹਰੀ ਸਿੰਘ ਨਲੂਆ ਨਲੂਆ ਰਾਂਗ ਲੈ, ਵੀ ਹਰੀ ਸਿੰਘ ਨਲੂਆ ਆ ਗਿਆ, ਚੁੱਪ ਕਰ ਜਾ। ਅੱਜ ਵੀ ਪੰਜਾਬ ਦੇ ਵਿੱਚ ਕਈ ਪਰਿਵਾਰ ਇਹੋ ਜਿਹੇ ਨੇ ਜਿਹੜੇ ਕਹਿੰਦੇ ਕਿ ਅਸੀਂ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ, ਕਿ ਇਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ। ਲੇਕਿਨ ਜਿਹੜੀ ਨੁਕਸਾਨ ਦੀ ਗੱਲ ਹੁੰਦੀ ਉਹ ਉੱਪਰੋਂ ਤੁਰ ਕੇ ਆਉਂਦੀ ਆ। ਲਾਡੀ ਭਾ, ਤੂੰ ਕੀ ਕਹਿਣਾ ਚਾਹੁੰਦਾ ਕਿ ਕੀ ਅਕਾਲੀ ਦਲ ਨੂੰ ਸਿੰਘਾਂ ਦੀ ਮਦਦ ਕਰਨ ਦਾ, ਭਾਈ ਅੰਮ੍ਰਿਤਪਾਲ ਹੋਣਾ ਹੀ ਕਰਨ ਦਾ, ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਪਵੇਗਾ ਕਿ ਨਹੀਂ? ਅਮਰ ਸਾਹਿਬ, ਸਵਾਲ ਤੁਹਾਡਾ ਠੀਕ ਹੈ, ਵਾਜਬ ਹੈ, ਬਹੁਤ ਵਧੀਆ ਗੱਲ ਤੁਸੀਂ ਸਵਾਲ ਚੁੱਕਿਆ ਕਿ ਅਕਾਲੀ ਦਲ ਪਾਰਟੀ ਆਪਣਾ ਵਜੂਦ ਜਿਹੜਾ ਕਿ ਇਸ ਵਕਤ ਬਿਲਕੁਲ ਗੁਆ ਚੁੱਕੀ ਹੈ। ਵੇਖੋ, ਸਮੇਂ ਦੇ ਮੁਤਾਬਕ ਲੋਕਾਂ ਨੇ ਬਦਲਾਅ ਦਾ ਗੱਲ ਕੀਤੀ ਵੀ ਬਦਲਾਅ ਲੈ ਕੇ ਆਉਣਾ ਆ, ਪਰ ਮੈਂ ਗਿਆਨੀ ਜੀ ਦੀ ਗੱਲ ਨਾਲ ਸਹਿਮਤ ਹੈ, ਬਦਲਾਅ ਨਹੀਂ, ਉਹ ਬਦਲਾਅ ਬਣ ਗਿਆ। ਹੁਣ ਲੋਕ ਇਸ ਗੱਲ 'ਤੇ ਵੀ ਵਿਚਾਰ ਚਰਚਾ ਕਰ ਰਹੇ ਨੇ ਕਿ ਅਸੀਂ ਜਾਂ ਪਹਿਲੇ ਬਜ਼ੁਰਗ ਇਹ ਹੁੰਦੇ ਸੀ ਵੀ ਹਾਂ ਠੀਕ ਹੈ ਜੀ, ਅਸੀਂ ਤਾਂ ਤੱਕੜੀ ਨੂੰ ਵੋਟ ਪਾਉਣੀ ਹੈ, ਤੱਕੜੀ ਨੂੰ ਵੋਟ ਪਾਉਂਦੇ ਨੇ ਜਾਂਦੇ ਹਾਂ, ਹੁਣ ਕਿਹਨੂੰ ਵੋਟ ਪਾਉਂਦੇ ਨੇ? ਵੈਸੇ ਮੈਨੂੰ ਖਿਆਲ ਹੈ ਕਿ ਲੋਕ ਪਹਿਲਾਂ ਵਾਂਗ ਹੁਣ ਸ਼ਾਇਦ ਥੋੜ੍ਹਾ ਬਹੁਤ ਸੋਚ ਰਹੇ ਨੇ ਕਿ ਅਕਾਲੀ ਦਲ ਨੂੰ ਵੋਟ ਪਾਈਏ। ਦੂਜੀ ਗੱਲ, ਜੇਕਰ ਅਕਾਲੀ ਦਲ ਹੁਣ ਉਹਨਾਂ ਮੁੱਦਿਆਂ ਦੇ ਉੱਤੇ ਪਹਿਲਾਂ ਜੇਕਰ ਬੀਜੇਪੀ ਨਾਲ ਉਹਨਾਂ ਦਾ ਅਲਾਇੰਸ ਨਹੀਂ ਹੋਇਆ ਹੈਗਾ, ਤਾਂ ਬੀਜੇਪੀ ਦੇ ਅੱਗੇ ਉਹਨਾਂ ਨੇ ਪਹਿਲਾਂ ਮੁੱਦੇ ਰੱਖੇ ਕਿ ਬੰਦੀ ਸਿੰਘਾਂ ਬਾਰੇ ਜੇਕਰ ਤੁਸੀਂ ਗੱਲਬਾਤ ਇਹ ਅੱਗੇ ਮੁੱਖ ਰੱਖੋਗੇ ਤਾਂ ਸਾਡਾ ਇਹ ਚੀਜ਼ਾਂ ਇਹ ਸ਼ਰਤਾਂ ਨੇ। ਹੋ ਸਕਦਾ ਜੇ ਤੱਕ ਉਹਨਾਂ ਦਾ ਕੋਈ ਅਲਾਇੰਸ ਨਹੀਂ ਹੋਇਆ ਹੈਗਾ, ਪਰ ਦੂਜੇ ਨੰਬਰ 'ਤੇ ਜੇ ਉਹਨਾਂ ਦਾ ਅਲਾਇੰਸ ਹੋ ਵੀ ਜਾਂਦਾ, ਕੁਛ ਨਾ ਕੁਛ ਮੁੱਦਿਆਂ ਨੂੰ ਮੁੱਖ ਰੱਖ ਕੇ ਹੋਣਾ ਸੀ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਕਾਲੀ ਦਲ ਇਸੇ ਤਰ੍ਹਾਂ ਹੀ ਸਿਧਾਂਤਾਂ ਦੇ ਮੁਤਾਬਕ ਚੱਲਣ ਲੱਗ ਪਏ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਅਕਾਲੀ ਦਲ ਨੂੰ ਫਿਰ ਪਸੰਦ ਕਰਨ ਲੱਗ ਪੈਣ ਜੀ। ਇਹ ਨਹੀਂ ਕੋਈ ਸ਼ੱਕ ਵਾਲੀ ਗੱਲ ਹੈ ਕਿ ਅਕਾਲੀ ਦਲ ਨੂੰ ਲੋਕ ਪਸੰਦ ਨਹੀਂ ਕਰਦੇ, ਕਿਉਂਕਿ ਅਕਾਲੀ ਦਲ ਸ਼ਾਇਦ ਹੋ ਸਕਦਾ ਹੈ ਕਿ ਲੋਕ ਖਫਾ ਹੀ ਇੰਨੇ ਹੋ ਗਏ ਸੀ ਦੋਨਾਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ, ਲੋਕਾਂ ਦਾ ਉਸ ਮੌਕੇ ਹਨੇਰੀ ਇੰਨੀ ਚੱਲ ਗਈ ਸੀ ਕਿ ਅਸੀਂ ਦੋਨਾਂ ਪਾਰਟੀਆਂ ਨੂੰ ਵੋਟ ਹੀ ਨਹੀਂ ਪਾਉਣੀ ਹੈਗੀ। ਉਹ ਤੀਜਾ ਬਦਲਾ ਲੈ ਕੇ ਆਉਣਾ, ਪਰ ਲੋਕਾਂ ਨੇ ਬਦਲਾ ਲਿਆ ਕੇ ਵੀ ਕੁਛ ਵੇਖ ਲਿਆ। ਵੈਸੇ ਕਿ 2 ਸਾਲ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰੇ, ਰਿਪੋਰਟ ਆਪਣੇ, ਕਿਉਂਕਿ ਆਪਾਂ ਸਮੇਂ ਦੇ ਹਿਸਾਬ ਨਾਲ ਚੱਲਦੇ ਹਾਂ, ਮੈਂ ਕਾਲੇ ਭਾਅ ਤੋਂ ਪੁੱਛਣਾ ਚਾਹਾਂਗਾ, ਕਿਉਂਕਿ ਹੋਰ ਪਾਰਟੀਆਂ ਦੀ ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ, ਕਾਲੇ ਭਾਅ ਵੈਸੇ ਤੇ ਹੋਰ ਅਨੇਕਾਂ ਛੋਟੇ ਛੋਟੇ ਦਲ ਖੜੇ ਕਰਦੇ ਨੇ, ਲੇਕਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਦਾ ਇੱਕ ਮੈਂਬਰ ਪਾਰਲੀਮੈਂਟ ਹੈ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਉਹਨਾਂ ਨੇ ਆਪਣੇ ਅਨੇਕਾਂ ਕੈਂਡੀਡੇਟ ਖੜੇ ਕੀਤੇ, ਆਪਣੇ ਜਲੰਧਰ ਤੋਂ ਵੀ ਖੜਾ ਕੀਤਾ ਅੱਜ ਤੱਕ ਤੇ ਜਮਾਨਤੀ ਜਾਬ ਤੋਂ ਹੀ, ਐਤਕੀ ਤੁਹਾਨੂੰ ਕੀ ਲੱਗਦਾ ਕਿ ਆਪਣਾ ਆਧਾਰ ਉਹ ਬਣਾ ਸਕਣਗੇ ਲੋਕਾਂ 'ਚ ਕਿ ਨਹੀਂ? ਉਹਦਾ ਆਧਾਰ ਤਾਂ ਮਾਨ ਸਾਹਿਬ ਦਾ ਤਾਂ ਆਲਰੇਡੀ ਆਧਾਰ ਬਣ ਗਿਆ, ਜਦੋਂ ਉਹ ਕਹਿੰਦਾ ਭਗਤ ਸਿੰਘ ਗਦਾਰ ਆ ਇੱਕ, ਤੇ ਉਹਨਾਂ ਦਾ ਆਧਾਰ ਆਲਰੇਡੀ ਬਣਿਆ ਹੋਇਆ, ਤੇ ਅੱਗੇ ਕਿੰਨਾ ਕੁ ਬਣਿਆ ਉਹ ਸਾਰੇ ਲੋਕੀ ਜਾਣਦੇ ਆ, ਮੈਨੂੰ ਦੱਸਣ ਦੀ ਲੋੜ ਨਹੀਂ, ਲੋਕ ਸਿਆਣੇ ਆ। ਬਿਲਕੁਲ ਬਿਲਕੁਲ, ਲੇਕਿਨ ਉਹ ਸਾਰੇ ਲੋਕਾਂ ਨੂੰ ਪਤਾ। ਹਾਂਜੀ ਹਾਂਜੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਇੱਕ ਗੱਲ ਮੈਂ ਬਲਿਹਾਰ ਸਿੰਘ ਜੀ ਕਹੂੰਗਾ ਕਿ ਚਾਹੇ ਅਕਾਲੀ ਪਾਰਟੀ ਰਹੀ ਆ, ਚਾਹੇ ਕਾਂਗਰਸ ਪਾਰਟੀ ਰਹੀ ਆ, ਚਾਹੇ ਆਮ ਪਾਰਟੀ ਆਈ ਆ, ਕਿਸੇ ਨੇ ਵੀ ਪੰਜਾਬ ਦੀ ਸੁੱਖ ਨਹੀਂ ਮਨਾਈ, ਪੰਜਾਬ ਦੀ ਜਦੋਂ ਕਦੋਂ ਇਲੈਕਸ਼ਨ ਆਉਂਦੀ ਆ ਉਦੋਂ ਚੰਡੀਗੜ੍ਹ ਦਾ ਮਸਲਾ ਲੈ ਕੇ ਬਹਿ ਜਾਂਦੇ ਆ,
ਉਦੋਂ ਪਾਣੀਆਂ ਦਾ ਮਸਲਾ ਲਾ ਕੇ ਬਹਿ ਜਾਂਦੇ, ਚਾਹੇ ਕਾਂਗਰਸ ਨੇ ਰਾਜ ਕੀਤਾ ਚਾਹੇ ਅਕਾਲੀਆਂ ਨੇ ਰਾਜ ਕੀਤਾ, ਇਹਨਾਂ ਨੂੰ ਅੱਜ ਤੱਕ ਬਾਦਲ ਸਾਹਿਬ ਨੂੰ ਵੀ ਉਹ ਅੱਜ ਤੱਕ ਉਹਨਾਂ ਨੇ ਇਹ ਲੜਾਈ ਨੂੰ ਕੱਚੀ ਲੱਸੀ ਦੀ ਤਰ੍ਹਾਂ ਵਧਾਇਆ ਜਾਂ ਕਿਸੇ ਨੇ ਵੀ ਇਹਨੂੰ ਫਾਈਨਲ ਨਹੀਂ ਕੀਤਾ। ਸਾਰੀਆਂ ਲੋਕਾਂ ਪਾਰਟੀਆਂ ਨੇ ਮੇਰੇ ਹਿਸਾਬ ਦੇ ਨਾਲ ਪੰਜਾਬ ਨਾਲ ਧੱਕਾ ਕੀਤਾ, ਪੰਜਾਬ ਦੀ ਕੋਈ ਸੁੱਖ ਨਹੀਂ ਮਨਾਈ ਇਹਨਾਂ ਨੇ। ਜੇ ਇਹਨਾਂ ਨੇ ਪੰਜਾਬ ਦੀ ਲੜਾਈ ਲੜੀ ਹੁੰਦੀ ਤੇ ਅੱਜ ਪੰਜਾਬ ਕੋਲੇ ਚੰਡੀਗੜ੍ਹ ਹੁੰਦਾ, ਪੰਜਾਬ ਦੇ ਪਾਣੀ ਪੰਜਾਬ ਕੋਲੇ ਹੁੰਦੇ। ਮੈਂ ਤੇ ਇਹ ਕਹੂੰਗਾ। ਬਿਲਕੁਲ ਬਿਲਕੁਲ, ਚਲੋ ਕਿਉਂਕਿ ਆਪਾਂ ਹਰ ਹਫ਼ਤੇ ਗੱਲ ਕਰਨੀ ਆ ਤੇ ਆਪਣਾ ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਗਿਆ। ਜੇ ਗੱਲ ਕੀਤੀ ਆ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਅਖੀਰ ਤੇ ਜਾ ਕੇ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਜ਼ਿਆਦਾ ਗੱਲ ਕਰਾਂਗੇ, ਕਿਉਂ ਉਹ ਉਹਨਾਂ ਲੋਕਾਂ ਨੂੰ ਵੀ ਟਿਕਟਾਂ ਦੇ ਰਹੇ ਨੇ ਜਿਹਨਾਂ ਨੂੰ ਲੋਕੀ ਕਹਿੰਦੇ ਕਿ ਗੈਂਗਸਟਰ ਆ। ਇੱਕ ਮਨੇ ਤੇ ਗੈਂਗਸਟਰ ਕਹਿੰਦੇ ਨੇ, ਲੋਕਾਂ ਨੂੰ ਤੰਗ ਕੀਤਾ ਨੇ, ਉਹਨਾਂ ਤੇ ਕਤਲ ਦੇ ਇਲਜ਼ਾਮ ਲੱਗੇ ਹੋਏ ਨੇ, ਜੇਲ੍ਹਾਂ ਕੱਟੀਆਂ ਹੋਈਆਂ ਨੇ, ਲੇਕਿਨ ਫਿਰ ਵੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ। ਕੀ ਆਪਣੇ ਕੋਲ ਖਾੜਕੂ ਸਿੰਘਾਂ ਦੇ ਪਰਿਵਾਰ ਹੈ ਨਹੀਂ ਸੀ ਜਿਹਨਾਂ ਨੂੰ ਆਪਾਂ ਟਿਕਟਾਂ ਦੇ ਸਕਦੇ? ਲੇਕਿਨ ਇਹ ਤੇ ਗੱਲਬਾਤ ਕਰਾਂਗੇ ਆਉਣ ਵਾਲੇ ਸਮੇਂ 'ਚ। ਸਾਡੀ ਜਿੰਨੇ ਚਿਰ ਇਲੈਕਸ਼ਨ ਨਹੀਂ ਹੁੰਦੀ ਪੰਜਾਬ ਦੇ ਵਿੱਚ, ਉਨਾ ਚਿਰ ਹਰ ਹਫ਼ਤੇ ਅਸੀਂ ਪੰਜਾਬ ਦੇ ਨਾਲ ਤੁਹਾਨੂੰ ਜੋੜ ਕੇ ਰੱਖਾਂਗੇ ਤੇ ਤੁਹਾਨੂੰ ਹਰ ਸਮੇਂ ਬੇਨਤੀ ਕਰਦੇ ਜਾਵਾਂਗੇ। ਭਾਵੇਂ ਮੈਂ ਅਕਾਲੀ ਦਲ ਨੂੰ ਬਿਲੋਂਗ ਕਰਦਾ, ਲੇਕਿਨ ਹਰ ਉਸ ਕੈਂਡੀਡੇਟ ਨੂੰ ਵੋਟ ਪਾਇਓ ਜੋ ਪੰਜਾਬ ਲਈ, ਤੁਹਾਡੇ ਹਲਕੇ ਲਈ, ਪੰਜਾਬ ਲਈ, ਪੰਜਾਬੀਅਤ ਲਈ, ਸਿੱਖੀ ਲਈ ਕੁਛ ਕਰ ਸਕੇ, ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਲਈ ਕੁਛ ਕਰ ਸਕੇ, ਚਾਹੇ ਉਹ ਪੰਜਾਬ ਤੋਂ ਬਾਹਰ ਹੀ ਬੈਠੇ ਹੋਣ, ਉਹਨਾਂ ਲਈ ਕੁਛ ਕਰ ਸਕੇ, ਉਹਨੂੰ ਵੋਟ ਪਾਇਓ। ਪਾਰਟੀ ਨਾ ਦੇਖਿਓ, ਪਾਰਟੀ ਤੋਂ ਉੱਪਰ ਉੱਠ ਕੇ ਵੋਟ ਪਾਉਣ ਦੀ ਕੋਸ਼ਿਸ਼ ਕਰਿਓ ਤਾਂ ਕਿ ਤੁਹਾਡਾ ਪੰਜਾਬ ਫਿਰ ਉਹ ਸੋਨੇ ਦੀ ਚਿੜੀ ਪੰਜਾਬ ਬਣ ਸਕੇ ਜੋ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹੁੰਦਾ ਸੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ। ਦੋ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।